ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੁਲਵਾਮਾ ਹਮਲੇ ਦਾ 1 ਸਾਲ ਪੂਰਾ ਹੋ ਚੁੱਕਿਆ। 40 ਜਵਾਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਅਤੇ ਇਹ ਮੰਚ ਵੀ ਉਹਨਾਂ ਸ਼ਹੀਦਾਂ ਨੂੰ ਨਮਨ ਕਰਦਾ। ਪਰ ਇਸ ਨਮਨ ਦੇ ਵਿਚਾਲੇ ਸਿਆਸਤ ਵੀ ਹੋ ਰਹੀ ਹੈ। ਉਹ ਸਿਆਸਤ ਕਿਉਂ ਹੋ ਰਹੀ ਹੈ? ਸ਼ਹਾਦਤ ਦੇ 1 ਸਾਲ ਪੂਰਾ ਹੋਣ ਤੋਂ ਬਾਅਦ ਵੀ, ਪੁਲਵਾਮਾ ਦੇ 1 ਸਾਲ ਪੂਰਾ ਹੋਣ ਤੋਂ ਬਾਅਦ ਵੀ ਇਹ ਸਿਆਸਤ ਨੂੰ ਚਾਹੀਦਾ ਕੀ ਹੈਗਾ? ਸਿਆਸਤ ਸਵਾਲ ਪੁੱਛਦੀ ਪਈ ਹੈ, ਸਰਕਾਰ ਤੋਂ ਸਵਾਲ ਪੁੱਛਿਆ, ਇਹਨਾਂ ਸਵਾਲਾਂ ਵਿੱਚ ਕਿੰਨਾ ਦਮ ਹੈਗਾ? ਕਈ ਕਹਿੰਦੇ ਆ ਕਿ ਇਹ ਵਿਵਾਦਿਤ ਬਿਆਨ ਹੈ, ਪਰ ਸਾਡਾ ਸਵਾਲ ਇਹ ਹੋਏਗਾ, ਇਹਨਾਂ ਬਿਆਨਾਂ ਵਿੱਚ ਵਿਵਾਦ ਕਿੰਨਾ ਹੈਗਾ ਅਤੇ ਵਿਵਾਦ ਕਿਉਂ ਹੈਗਾ? ਉਹ ਸਵਾਲ ਹੋਣਗੇ ਜ਼ਰੂਰ, ਪਰ ਸਵਾਲ ਇਹ ਵੱਡਾ ਹੋਵੇਗਾ ਕਿ ਸ਼ਹਾਦਤ ਦਾ 1 ਸਾਲ ਹੋ ਗਿਆ, ਬਾਕੀ ਕਿਉਂ ਨੇ? ਸਵਾਲ ਪੁਲਵਾਮਾ ਹਮਲੇ ਦੀ ਬਰਸੀ ਹੈ ਅਤੇ ਅੱਜ ਬਹਿਸ ਕਿਉਂ ਕਰ ਰਹੇ ਹਾਂ, ਟੂ ਦਾ ਪੁਆਇੰਟ ਵੀ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਮੌਕੇ ਸਿਆਸੀ ਘਮਸਾਨ ਵੀ ਛਿੜ ਗਿਆ। 14 ਫਰਵਰੀ 2019 ਨੂੰ CRPF ਦੇ 40 ਜਵਾਨ ਸ਼ਹੀਦ ਹੋਏ ਸਨ। CRPF ਨੇ ਟਵੀਟ ਕੀਤਾ ਅਤੇ ਇਸ ਟਵੀਟ ਦੇ ਵਿੱਚ ਉਹਨਾਂ ਨੇ ਜਿੱਥੇ ਸ਼ਰਧਾਂਜਲੀ ਦਿੱਤੀ ਹੈ, ਨਾਲ ਹੀ ਇੱਕ ਸ਼ੇਅਰ ਦੇ ਜ਼ਰੀਏ ਇਹ ਵੀ ਕਿਹਾ ਹੈ ਕਿ ਤੁਹਾਡੇ ਸ਼ੌਰਯ ਕੇ ਗੀਤ ਕਰਕਸ਼ ਸ਼ੋਰ ਮੇਂ ਖੋਏ ਨਹੀਂ, ਗਰਵ ਇਤਨਾ ਥਾ ਕਿ ਹਮ ਦੇਰ ਤੱਕ ਰੋਏ ਨਹੀਂ। ਉਹਨਾਂ ਨੇ ਕਿਹਾ ਹਮ ਨਾ ਭੁੱਲੇ ਹੈ ਨਾ ਮਾਫ਼ ਕੀਆ ਹੈ। ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਮੌਕੇ ਦੇਸ਼ ਭਰ ਵਿੱਚ ਸਮਾਗਮ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਨੂੰ ਸਲਾਮ ਕੀਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਅਤੇ NCP ਆਗੂ ਨਵਾਬ ਮਲਿਕ ਨੇ ਕੁਝ ਇਹੋ ਜਿਹੇ ਸਵਾਲ ਪੁੱਛ ਲਿਆ ਜਿਨ੍ਹਾਂ ਕਰਕੇ ਸਿਆਸਤ ਪੱਕ ਗਈ ਹੈ। ਉਹ ਸਵਾਲ ਵੀ ਤੁਹਾਨੂੰ ਦੱਸਾਂਗੇ ਉਹਨਾਂ ਨੇ ਕੀ ਪੁੱਛਿਆ। ਰਾਹੁਲ ਅਤੇ ਮਲਿਕ ਦੇ ਕੇਂਦਰ ਸਰਕਾਰ 'ਤੇ ਚੁੱਕੇ ਸਵਾਲਾਂ 'ਤੇ ਘਮਸਾਨ ਮਚਿਆ। ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੇ ਵੀ ਬੇਲਗਾਮ ਸਿਆਸਤ 'ਤੇ ਅਫਸੋਸ ਜਤਾਇਆ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ, ਇਹ ਇਕੱਲਾ ਪੁਲਵਾਮਾ ਨਾਲ ਰਿਲੇਟਡ ਸਵਾਲ ਨਹੀਂ ਹੈਗਾ, ਸਵਾਲ ਸ਼ਹਾਦਤ ਨਾਲ ਰਿਲੇਟਡ ਹੈਗਾ। ਸ਼ਹਾਦਤ ਅਤੇ ਸਿਆਸਤ ਵਾਲਾ ਦੌਰ ਖਤਮ ਕਿਉਂ ਨਹੀਂ ਹੁੰਦਾ? ਸ਼ਹਾਦਤ ਅਤੇ ਸਿਆਸਤ ਕਦੋਂ ਤੱਕ ਚੱਲਦੀ ਰਹੇਗੀ? ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ, ਵਿਕਰਮਜੀਤ ਸਿੰਘ ਗਰਾ ਦਾ ਲੰਬਾ ਤਜਰਬਾ, ਜੰਮੂ ਕਸ਼ਮੀਰ ਦੇ ਵਿੱਚ ਵੀ ਇਹਨਾਂ ਦੀ ਪੋਸਟਿੰਗ ਰਹੀ ਹੈ ਅਤੇ ਪੁਲਵਾਮਾ ਹਮਲੇ ਬਾਰੇ ਅਤੇ ਹੋਰ ਇਸ ਤੋਂ ਪਹਿਲਾਂ ਜਿਹੜੇ ਅਟੈਕ ਹੋਏ ਆ ਅਤੇ ਜਿਹੜੇ ਸਰਜੀਕਲ ਸਟ੍ਰਾਈਕ ਹੋਏ ਉਹਨਾਂ 'ਤੇ ਸਿਆਸਤ ਜਿਹੜੀ ਹੁੰਦੀ ਹੈ ਉਸ ਬਾਰੇ ਚੰਗੀ ਤਰ੍ਹਾਂ ਜਾਣਦੇ ਸਮਝਦੇ ਹੈਗੇ। ਇਸ ਵਕਤ ਵਿਕਰਮਜੀਤ ਸਿੰਘ ਗਰਮ ਛੱਡਿਆ। ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਬੁਲਾ ਰਿਹਾ, ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਦੇਵ ਸਿੰਘ ਰੋਪੜ ਕਾਂਗਰਸ ਬੁਲਾ ਰਿਹਾ, ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ ਅਤੇ ਹੁਣੇ ਹੁਣੇ ਪਿੱਛੇ ਜੰਮੂ ਕਸ਼ਮੀਰ ਵੀ ਜਾ ਕੇ ਆਏ ਆ ਅਤੇ ਇਹ ਉੱਥੋਂ ਦੀ ਸਾਰੀ ਥਿਊਰੀ ਨੂੰ ਸਮਝ ਕੇ ਵੀ ਆਏ, ਇਸ ਕਰਕੇ ਨਾ ਸਕਦਾ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਵਿਕਰਮਜੀਤ ਤੁਹਾਨੂੰ ਕਰਨਾ ਚਾਹੂੰਗਾ। ਵਿਕਰਮਜੀਤ, ਜਦੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੋਵੇ ਅਤੇ ਸ਼ਰਧਾਂਜਲੀ ਦੇ ਮੌਕੇ ਰਾਹੁਲ ਗਾਂਧੀ ਇਹੋ ਜਿਹੇ ਸਵਾਲ ਪੁੱਛਣ, ਮੇਰਾ ਰਾਹੁਲ ਗਾਂਧੀ ਵਾਲਾ ਸਵਾਲ ਪਹਿਲਾਂ ਨਹੀਂ ਹੈਗਾ। ਮੇਰਾ ਸਵਾਲ ਇਹ ਹੈਗਾ ਕਿ ਜਦੋਂ ਇੱਕ ਡਿਫੈਂਸ ਜਰਨਲਿਸਟ ਦੇ ਤੌਰ 'ਤੇ ਤੁਸੀਂ ਇਹਨਾਂ ਸਾਰੇ ਸਵਾਲਾਂ ਨੂੰ ਦੇਖਦੇ ਹੋ, ਅਫਸੋਸ ਹੁੰਦਾ? ਨਹੀਂ, ਮੇਰਾ ਮੈਨੂੰ ਅਫਸੋਸ ਬਿਲਕੁਲ ਹੁੰਦਾ ਹੈ, ਕਿਉਂਕਿ ਇਹ ਜਿਹੜੇ ਰੀਅਲ ਇਸ਼ੂਜ਼ ਆਫ ਡਿਫੈਂਸ ਹੈਗੇ ਨੇ ਉਹ ਦੇ ਆਰ, ਉਹ ਕਹਿੰਦੇ ਨਾ, ਉਹ ਸਾਈਡਲਾਈਨ ਹੋ ਜਾਂਦੇ ਨੇ ਅਤੇ ਅਸੀਂ ਪੋਲੀਟੀਕਲ ਰਿਟੋਰਿਕ ਵਿੱਚ ਆ ਜਾਂਦੇ ਇੱਕ ਦੂਜੇ ਦੀ ਨੂੰ ਡਾਊਨ ਕਰਨ ਲਈ। ਔਰ ਆਈ ਥਿੰਕ ਇਹ ਸਿਰਫ ਕਾਂਗਰਸ ਦੀ ਬੈਡ ਪ੍ਰੈਕਟਿਸ ਨਹੀਂ ਹੈ। ਈਵਨ ਡਿਊਰਿੰਗ ਦੀ ਮੁੰਬਈ ਅਟੈਕਸ ਆਫ 2008 ਮੈਨੂੰ ਬਿਲਕੁਲ ਯਾਦ ਹੈ ਕਿ ਨਰਿੰਦਰ ਮੋਦੀ ਜੀ ਚੀਫ ਮਿਨਿਸਟਰ ਸੀ ਗੁਜਰਾਤ ਦੇ, ਔਰ ਡਿਊਰਿੰਗ ਦੀ ਜੋ ਅਟੈਕ ਚੱਲ ਰਿਹਾ ਸੀ 4 ਦਿਨ ਦਾ ਅਟੈਕ ਬੰਬੇ ਹੋਟਲਸ 'ਤੇ, ਸਾਡੀ ਫੌਜਾਂ ਉਹਨਾਂ ਨੂੰ ਫਾਈਟ ਕਰ ਰਹੀ ਸੀ ਅਤੇ ਮੋਦੀ ਸਾਹਿਬ ਕ੍ਰਿਟੀਕਲ ਸਟੇਟਮੈਂਟਸ ਕਰ ਰਹੇ ਸੀ ਗਵਰਨਮੈਂਟ ਦੀ ਕਿ ਇਹ ਫੇਲੀਅਰ ਹੈ, ਇਹ ਇੰਟੈਲੀਜੈਂਸ ਫੇਲੀਅਰ ਹੈ, ਇਸ ਇਹ ਕੋਸਟਲ ਸਿਕਿਉਰਿਟੀ ਦਾ ਫੇਲੀਅਰ ਹੈ। ਸੋ ਇਹ ਦੋਨੋਂ ਪਾਰਟੀਆਂ ਆਈ ਥਿੰਕ ਇਹਨਾਂ ਨੇ ਰੱਜ ਕੇ ਇੱਕ ਦੂਜੇ ਨੂੰ ਡਾਊਨ ਕਰਨ ਲਈ ਸਾਡੇ ਮਾਰਟਿਡਮਸ ਔਰ ਸਿਕਿਉਰਿਟੀ ਸਿਚੁਏਸ਼ਨਸ ਦਾ ਫਾਇਦਾ ਉਠਾਇਆ। ਸੋ ਆਈ ਥਿੰਕ ਦੈਟ ਇਜ਼ ਪੁਆਇੰਟ 1, ਇਹ ਦੋਨੋਂ ਕਰਦੀਆਂ ਨੇ। ਦੂਜਾ, ਆਈ ਥਿੰਕ ਇਹਨਾਂ ਨੇ ਅੱਜ ਰਾਹੁਲ ਗਾਂਧੀ ਨੇ 3-4 ਕੁਐਸਚਨਸ ਰੇਜ਼ ਕੀਤੇ ਨੇ। ਮੈਨੂੰ ਲੱਗਦਾ ਰਾਹੁਲ ਗਾਂਧੀ ਦੀ ਜਿਹੜੀ ਪੋਲੀਟਿਕਸ ਹੈ ਉਹ ਵੀ ਆਈ ਥਿੰਕ ਇਟ ਇਜ਼ ਸੈਲਫ, ਉਹ ਕਹਿੰਦੇ ਨਾ, ਡਿਸਟਰਕਟਿਵ, ਕਿਉਂਕਿ ਤੁਸੀਂ ਜਿੰਨਾ ਐਜ ਏ ਸੈਂਸਿਟਿਵ ਡੇਜ਼ 'ਤੇ, ਇਮੋਸ਼ਨਲ ਡੇਜ਼ 'ਤੇ ਤੁਸੀਂ ਗਵਰਨਮੈਂਟ ਨੂੰ ਅਟੈਕ ਕਰੋਗੇ, ਉਨਾ ਹੀ ਗਵਰਨਮੈਂਟ ਨੂੰ ਇੱਕ ਮੌਕਾ ਮਿਲ ਜਾਂਦਾ ਕਹਿਣ ਲਈ ਕਿ ਤੁਸੀਂ ਜਿਹੜੀ ਪ੍ਰੋ ਪਾਕਿਸਤਾਨ ਹੋ ਗਏ, ਚਾਹੇ ਉਹਨਾਂ ਦੇ ਕੁਐਸਚਨਸ ਜਿਹੜੇ ਨੇ ਸ਼ੁੱਡ ਬੀ ਆਨਸਰਡ। ਆਫਟਰ ਆਲ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਐਕਸਪਲੋਜ਼ਿਵ ਯੂਜ਼ ਹੋਇਆ ਇਨ ਦੀ ਪੁਲਵਾਮਾ ਸੁਸਾਈਡ ਬੰਬਿੰਗ ਉਹ ਕਿੱਥੋਂ ਆਇਆ ਹੈਗਾ, ਕਿੱਥੇ ਸਟੋਰ ਹੋਇਆ ਸੀ, ਔਰ ਉਹਨੂੰ ਕਿੰਨੇ ਫਿੱਟ ਕੀਤਾ ਇਨ ਟੂ ਦੈਟ ਕਾਰ ਵਿੱਚ ਬੰਬਡ। ਇਹ ਸਵਾਲ NCP ਨੇ ਵੀ ਚੱਕਿਆ, NCP ਨੇ ਚੱਕਿਆ, ਠੀਕ ਹੈ। ਸੈਕੰਡਲੀ ਵੀ ਸ਼ੁੱਡ ਨੋ ਕਿ ਹੂ ਵਾਜ਼ ਰਿਸਪੋਂਸੀਬਲ, ਅਗਰ ਕੋਈ ਅਫਸਰ ਦੀ ਸਿਕਿਉਰਿਟੀ ਲੈਪਸ ਦੇ ਕਾਰਨ ਸਾਡੇ 40 ਜਵਾਨਾਂ ਨੂੰ ਦੀ ਨੂੰ ਸ਼ਹਾਦਤ ਪਾਣੀ ਪਈ ਔਰ ਬਹੁਤ ਹੀ ਸਾਡੇ 'ਤੇ ਨੁਕਸਾਨ ਹੋਇਆ। ਇਹ ਦੇਖੋ, ਕਸ਼ਮੀਰ ਦੀ 30 ਈਅਰਸ ਦੀ ਟੈਰਰਿਜ਼ਮ ਵਿੱਚ ਸਭ ਤੋਂ ਵੱਡਾ ਇੱਕ ਦਿਨ ਵਿੱਚ ਨੁਕਸਾਨ ਸਿਕਿਉਰਿਟੀ ਫੋਰਸਿਸ ਦਾ
पुलवामा बॉम्बिंग सी। उस तो पहला 2016-19 साढ़े सोल्जर बिहार रेजिमेंट के उड़ी च इन्ह ने मारे, ठीक है जी। सो आई थिंक ये जो क्वेश्चन ने आर नीड टू बी एड्रेस्ड, बट वी शुड डू इट इन अ मच मोर यू नो जिस ना साडे देश नु नुकसान नहीं होंदा। तुहानू राहुल गांधी दे सवाल पुछण दी टाइमिंग ते क्वेश्चन है, बिल्कुल आई थिंक राहुल गांधी दे सवाल दी जिहड़ा स्टाइल है, देखो हुण 1 year दी है, तुसी उहनां नू साडे मार्टिर्स उहनां दी फैमिलीज नू इन्नी लॉस होया, तुसी उहनां नू यू पे होमेज टू दैम, ठीक है तुसी बाद च अपने तुसी कोर्ट केस कर दो जो करना, पर तुसी एक ईयर दी जिहड़ी इमोशनल मेमरी है ਉੱਤੇ ਤੁਸੀਂ ਫਿਰ ਸਵਾਲ ਕਰਨ ਲੱਗ ਜਾਂਦੇ ਹੋ। ਮੈਂ ਇੱਕ ਸਵਾਲ ਰਾਹੁਲ ਗਾਂਧੀ ਨੂੰ ਪੁੱਛਣਾ ਕਿ ਬੰਬੇ ਜਿਹੜਾ ਅਟੈਕ ਹੋਇਆ ਸੀ ਵੈਨ ਦੇ ਵਰ ਇਨ ਪਾਵਰ UPA2 ਤੇ ਇਹ 4 ਦਿਨ ਅਟੈਕ ਚੱਲਿਆ ਸੀ ਦੇ ਥਰੂ ਇੰਨੇ ਟੈਰਰਿਸਟ ਬੰਬੇ ਪਹੁੰਚ ਕੇ ਹੋਟਲਾਂ 'ਚ ਪਹੁੰਚ ਗਏ, ਤਦ ਨਹੀਂ ਇਹ ਸੁੱਤੇ ਹੋਏ ਸੀਗੇ, ਫਿਰ ਦੈਨ ਨਰਿੰਦਰ ਮੋਦੀ ਅਟੈਕ ਦੈਮ ਐਂਡ ਦੈਟ ਵਾਜ਼ ਰੋਂਗ ਅਗੇਨ। ਤੇ ਬੜਾ ਇੰਪੋਰਟੈਂਟ ਸਵਾਲ ਹੈ ਸੁਦੇਸ਼ ਰੋਪੜ, ਮੈਂ ਵਿਕਰਮਜੀਤ ਸਿੰਘ ਦਾ ਜਿਹੜਾ ਸਵਾਲ ਹੈ ਬੜੇ ਇੰਪੋਰਟੈਂਟ ਸਵਾਲ ਹੈਗੇ ਆ, 26/11 ਤੋਂ ਵੀ ਤੁਹਾਡੇ 'ਤੇ ਸਵਾਲ ਹੈ, ਹੋਰ ਵੀ ਤੁਹਾਡੇ 'ਤੇ ਬੜੇ ਸਵਾਲ ਹੈਗੇ ਆ, ਪਰ ਸਵਾਲ ਉਹ ਛੱਡ ਕੇ ਮੈਂ ਪੰਜਾਬ ਦੇ ਜਿਹੜੇ 4 ਸਪੂਤ ਸ਼ਹੀਦ ਹੋਏ ਸੀ ਮੈਂ ਉਹਨਾਂ ਦਾ ਸਵਾਲ ਜ਼ਰੂਰ ਲੈਣਾ ਚਾਹੂੰਗਾ, ਸ਼ਹੀਦ ਕੁਲਵਿੰਦਰ ਸਿੰਘ, ਸ਼ਹੀਦ ਜੈਮਲ ਸਿੰਘ, ਮਨਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ। ਇਹਨਾਂ ਦੀ ਮੇਰੇ ਕੋਲ ਇੱਕ ਰਿਪੋਰਟ ਪਈ ਹੈ, ਮੀਡੀਆ ਰਿਪੋਰਟ, ਅਤੇ ਸਾਡੇ ਕੋਲ ਵੀ ਉਹਨਾਂ ਦੀ ਰਿਪੋਰਟ ਆ ਚੁੱਕੀ ਆ। ਅੱਜ ਜੈਮਲ ਸਿੰਘ ਦੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ ਗਿਆ। ਸ਼ਹੀਦਾਂ ਦੀ ਪਰਿਵਾਰਾਂ 'ਚ ਸੁਣਦੇ ਨਹੀਂ ਸਿਆਸਤ ਕਰੀ ਜਾਂਦੇ ਹੋ, ਉਹ ਕੈਪਟਨ ਸਾਹਿਬ ਨੂੰ ਵੀ ਸਵਾਲ ਕਰਨਾ ਰਾਹੁਲ ਗਾਂਧੀ ਸਾਹਿਬ, ਵੀ ਤੁਸੀਂ ਇੱਥੇ ਜਿਹੜਾ ਸ਼ਹੀਦਾਂ ਨੂੰ ਵਾਅਦੇ ਕੀਤੇ ਸੀ, ਸ਼ਹੀਦਾਂ ਦੇ ਪਰਿਵਾਰਾਂ ਨੂੰ ਵਾਅਦੇ ਕੀਤੇ ਸੀਗੇ, ਉਹ ਕਿੰਨੇ ਪੂਰੇ ਕੀਤੇ? ਦੇਖੋ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ, ਅਤੇ ਇੱਕ ਗੱਲ ਜੇ ਕਹੋਗੇ ਮੈਂ ਪੜ੍ਹ ਕੇ ਵੀ ਦੱਸ ਦੂੰਗਾ ਕੀ ਕੁਛ ਪੂਰਾ ਹੋਇਆ ਕੀ ਕੁਛ ਨਹੀਂ ਹੋਇਆ, ਬਾਕੀ ਤੁਸੀਂ ਬਿਹਤਰ ਜਾਣਦੇ ਹੋ ਮੈਨੂੰ ਲੱਗਦਾ। ਹਾਂਜੀ ਬੋਲੋ। ਚਲੋ ਮੈਂ ਜਦੋਂ ਹੁਣ ਤੁਸੀਂ ਹੁਣ ਆਪਣਾ ਬੋਲੋ 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 ਮੈਂ ਕਿਉਂਕਿ ਮੈਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਵਾਲ ਬੜਾ ਇੰਪੋਰਟੈਂਟ ਹੈ, ਉਹ ਸਵਾਲ ਸਾਰੀ ਡਿਬੇਟ ਵਿੱਚ ਆਉਂਦਾ। ਮੈਂ ਬਿਲਕੁਲ ਆਉਣਾ ਚਾਹੀਦਾ, ਡਿਬੇਟ ਹੋਣੀ ਚਾਹੀਦੀ ਹੈ। ਮੈਂ ਇੱਕ ਗੱਲ ਕਹਿਣਾ, ਇੱਕ ਗੱਲ ਦਾ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੈ ਸਾਰਿਆਂ ਦੇ ਉੱਤੇ ਹੀ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ BJP ਹੈ, ਚਾਹੇ ਅਕਾਲੀ ਦਲ ਹੈ, ਚਾਹੇ ਚਾਹੇ ਹੋਰ ਹੈ, ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ। ਕੋਈ ਉੱਥੇ ਗਿਆ ਇੱਕ ਸਾਲ 'ਚ? ਕੋਈ ਨਹੀਂ ਗਿਆ। ਮੈਂ ਅੱਜ ਤੋਂ 1 ਮਹੀਨਾ ਪਹਿਲਾਂ ਰੌਲੀ ਪਿੰਡ ਜਾ ਕੇ ਆ, ਜਿੱਥੋਂ ਦਾ ਕੁਲਵਿੰਦਰ ਸਿੰਘ ਹੈ। ਹਾਂ ਬਿਲਕੁਲ, ਰੌਲੀ ਦੀ ਸਾਡੇ ਕੋਲ ਖਬਰ ਆਈ। ਮੈਂ ਤੁਹਾਨੂੰ ਦੱਸ ਰਿਹਾ ਨਾ, ਮੈਂ ਰੌਲੀ ਪਿੰਡ ਖੁਦ ਜਾ ਕੇ ਆਇਆ, ਉਹ ਕਹਿੰਦੇ ਸਾਲ ਭਰ ਸਾਡੀ, ਮੈਂ ਇਨਕਲੂਡਿੰਗ ਮੈਂ ਕਾਂਗਰਸ ਨੂੰ ਵੀ ਕਹਿ ਰਿਹਾ, ਕੋਈ ਨਹੀਂ ਗਿਆ ਉੱਥੇ। ਅੱਜ ਵੀ ਇੱਕ ਪਰਿਵਾਰ ਨੇ ਸਵਾਲ ਚੁੱਕਿਆ, ਸਾਡੀ ਕਿਸੇ ਨੇ ਬਾਤ ਪੁੱਛੀ? ਮੈਂ ਚਾਰਾਂ 'ਚ ਹੀ ਨਹੀਂ ਗਿਆ, ਮੈਂ ਤੁਹਾਨੂੰ ਚਾਰਾਂ ਦੀ ਰਿਪੋਰਟ ਦੇ ਰਿਹਾ, ਕੋਈ ਨਹੀਂ ਗਿਆ, ਕਿਸੇ ਨੇ ਨਹੀਂ ਪੁੱਛਿਆ। ਅਸੀਂ ਉਹਦੇ 'ਤੇ ਮੈਂ ਕਹਿੰਦਾ ਵੀ ਕੋਈ ਵੀ ਹੈ, ਚਾਹੇ ਅਸੀਂ ਜਦੋਂ ਉਹ ਹੋਇਆ ਉਹ 'ਤੇ ਅਸੀਂ ਇਲੈਕਸ਼ਨ ਵੀ ਲੜਿਆ, ਬਣਾਇਆ ਵੀ, ਠੀਕ ਹੈ, ਹੁਣ ਵੀ ਕੋਈ ਸਵਾਲ ਅਸੀਂ ਕਰੀ ਜਾਂਦੇ ਹਾਂ, ਪਰ ਗੱਲ ਇਹ ਹੈ ਵੀ ਕਿਸੇ ਨੇ ਨਹੀਂ ਪੁੱਛਿਆ। ਬਾਕੀ ਜਿੱਥੋਂ ਤੱਕ ਗੱਲ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ, ਪੰਜਾਬ ਸਰਕਾਰ ਦਾ ਨੇ ਆਪਣੇ ਜਿਹੜਾ ਸੀਗਾ ਜਿੰਨਾ ਕੁ ਵੀ ਉੱਥੇ ਕਿਹਾ ਸੀ ਉਹਦੇ ਵਿੱਚੋਂ ਮੈਕਸੀਮਮ ਕੀਤਾ ਵੀ ਹੈ। ਮੈਂ ਤੁਹਾਨੂੰ ਰੌਲੀ ਦੀ ਵੀ ਗੱਲ ਦੱਸ ਦਿੰਦਾ, ਕੁਲਵਿੰਦਰ ਦੀ, ਕੁਲਵਿੰਦਰ ਦੇ ਪਰਿਵਾਰ ਨੂੰ 10,000 ਰੁਪਇਆ ਪੈਨਸ਼ਨ ਮਿਲਦੀ ਹੈ, ਉਦੋਂ ਵੀ ਲੱਗੀ ਸੀ, ਮਿਲ ਰਹੀ ਹੈ 10,000 ਰੁਪਏ ਮੈਨੂੰ ਪੰਜਾਬ ਸਰਕਾਰ ਵੱਲੋਂ, ਸਕੂਲ ਦਾ ਨਾਮ ਵੀ ਤੁਸੀਂ ਕਰਤਾ, ਸਕੂਲ ਦਾ ਨਾਮ ਵੀ ਉਹਨੂੰ 5 ਲੱਖ ਰੁਪਇਆ ਵੀ ਮਿਲ ਗਿਆ ਸੀਗਾ। ਔਰ ਮੈਨੂੰ ਇੱਕ ਗੱਲ ਦਾ ਅਫਸੋਸ ਵੀ ਹੈ, ਯਾਦਗਾਰੀ ਗੇਟ ਸਰ ਜੀ, ਨਹੀਂ ਮੇਰੀ ਗੱਲ ਮੇਰੀ ਪੂਰੀ ਹੋਣ ਲੱਗ ਪਈ, ਕੰਪਲੀਟ ਬੋਲੋ 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 ਜੇ ਮੈਂ ਨਹੀਂ ਮੈਂ ਤੁਹਾਡਾ ਵੈਲਕਮ, ਮੈਂ ਤੁਹਾਡਾ ਵੈਲਕਮ ਕਰਦਾ, ਤੁਸੀਂ ਇਮਾਨਦਾਰ ਨਾਲ ਸਵਾਲ ਕੀਤਾ, ਮੈਂ ਵੈਲਕਮ ਕਰਦਾ। ਮੈਂ ਕਹਿਣਾ ਵੀ ਅਸੀਂ ਇੱਕ ਬੰਦੇ ਨੂੰ ਅਸੀਂ 10 ਲੱਖ ਰੁਪਇਆ ਅਨਾਊਂਸ ਕਰਤਾ, ਅਸੀਂ 5 ਲੱਖ ਰੁਪਇਆ ਦੇ ਕੇ ਉਦੋਂ ਬਾਅਦ 5 ਲੱਖ ਰੁਪਇਆ ਅਸੀਂ ਸਾਲ ਨਾ ਦੇਈਏ, ਮੈਂ ਤਾਂ ਇਹਨੂੰ ਵੀ ਮੰਦਭਾਗਾ ਕਹਿਣਾ, ਇਹ ਮੰਦਭਾਗਾ। ਪਰ ਮੈਂ ਹੁਣ ਅਸੀਂ ਬਾਹਰ ਬੈਠੇ ਵੀ ਬਹਿਸ ਕਰ ਰਹੇ ਸੀ, ਉਹਨਾਂ ਨੂੰ ਸਿਰਫ ਜਿਹੜਾ ਕੁਲਵਿੰਦਰ ਸਿੰਘ ਦੇ ਪਰਿਵਾਰ ਨੂੰ ਹੈ 33 ਲੱਖ ਰੁਪਇਆ ਦਿੱਤਾ CRPF ਨੇ, 5 ਲੱਖ ਰੁਪਇਆ ਦਿੱਤਾ ਪੰਜਾਬ ਗੌਰਮੈਂਟ ਨੇ, 2.5 ਲੱਖ ਰੁਪਇਆ ਦਿੱਤਾ ਪੰਜਾਬ ਗੌਰਮੈਂਟ ਨੇ ਉੱਥੋਂ ਦੇ ਸਕੂਲ ਦੇ ਸਟੇਡੀਅਮ ਬਣਾਉਣ ਨੂੰ ਇਸ ਦੇ ਪਰਿਵਾਰ ਦੇ ਨਾਂ 'ਤੇ, ਇਹਨਾਂ ਦੀ ਮੰਗ ਸੀਗੀ, ਠੀਕ ਹੈ ਠੀਕ ਹੈ ਠੀਕ ਹੈ। ਔਰ ਉਸ ਤੋਂ ਬਾਅਦ ਸਕੂਲ ਦਾ ਨਾਮ ਵੀ ਰੱਖਿਆ, ਜਿਹੜਾ ਗੇਟ ਅਤੇ ਸੜਕ ਉਹ ਹਜੇ ਨਹੀਂ ਬਣੇ, ਠੀਕ। ਇਸ ਗੱਲ ਦੇ ਵਿੱਚ ਮੈਂ ਉਸ ਗੱਲ ਤੋਂ ਉਹਦੇ ਫਾਦਰ ਨੇ ਵੀ ਗੱਲ ਕਹੀ, ਹਾਂ, ਪਰ ਕੁਝ ਗੱਲਾਂ ਇਹ ਵੀ ਹੁੰਦੀਆਂ ਨੇ ਜਿਹੜੀਆਂ ਕਿ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਉਸ ਟਾਈਮ ਦੇ ਉੱਤੇ, ਕੋਈ ਨਾ ਕੋਈ ਬਾਅਦ 'ਚ ਕੋਈ ਨਾ ਕੋਈ ਕਹਿ ਦਿੰਦਾ ਜੀ ਵੀ ਇਹ ਵੀ ਹੋਣਾ ਚਾਹੀਦਾ, ਇਹ ਵੀ ਹੁੰਦਾ, ਨਹੀਂ ਵੀ ਹੁੰਦਾ। ਪਰ ਮੈਨੂੰ ਤਾਂ, ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਮੈਂ ਇਸ ਵਾਸਤੇ ਡਿਪਟੀ ਕਮਿਸ਼ਨਰ ਨੂੰ ਮੈਂ ਸਵਾਲ ਕੀਤਾ ਸੀ ਤੁਹਾਡੇ ਤੋਂ, ਸਵਾਲ ਕਰਨ ਤੋਂ ਪਹਿਲਾਂ, ਅੱਜ ਤੋਂ ਮਹੀਨਾ ਪਹਿਲਾਂ, ਮੈਂ ਕਿਹਾ ਜੀ ਇੱਕ ਸਾਡੀ ਸਟੇਟ ਗੌਰਮੈਂਟ 20 ਲੱਖ ਰੁਪਏ ਜੋਗੀ ਨਹੀਂ, ਮੈਂ ਇਸ ਗੱਲ ਨੂੰ ਤਾਂ ਮੈਂ ਐਡਮਿਟ ਕਰਦਾ, ਇਸ ਕਰਕੇ KP ਜੀ ਕੋਈ ਗੱਲ ਨਹੀਂ, ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਤੁਸੀਂ ਇਹ ਸਵਾਲ ਕੈਪਟਨ ਸਾਹਿਬ ਅੱਗੇ ਰੱਖੋਗੇ? ਮੈਂ ਕਹਿੰਦਾ ਜੀ, ਮੈਂ ਤੁਹਾਡੇ ਸਾਹਮਣੇ ਓਪਨਲੀ ਕਹਿ ਰਿਹਾ, ਮੈਂ ਕੋਈ ਲੁਕੋ ਕੇ ਕਹਿ ਰਿਹਾ, ਇਹ ਤੁਸੀਂ ਰਿਕਾਰਡ ਕਰਨਾ ਦਿਖਾਉਣਾ, ਮੈਂ ਇਹ ਗੱਲ, ਦੇਖੋ ਗੱਲ ਇਹ, ਕੈਪਟਨ ਸਾਹਿਬ
ਨੂੰ ਇਹ ਗੱਲ ਮੋਨੀਟਰ ਕਰਨੀ ਚਾਹੀਦੀ ਸੀ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਪਰ ਇੱਕ ਆਫੀਸਰ ਨੇ 20 ਲੱਖ ਰੁਪਏ ਕੋਈ ਵੱਡੀ ਗੱਲ ਨਹੀਂ ਹੁੰਦੀ, ਆਫੀਸਰ ਆਪਣੇ ਲੈਵਲ 'ਤੇ ਦੇਣੇ ਹੁੰਦੇ ਆ, ਉਹ ਸੈਨਿਕ ਵੈਲਫੇਅਰ ਫੰਡ 'ਚੋਂ ਦੇਣੇ ਆ, ਕੋਈ ਇਹ ਵੀ ਨਹੀਂ ਪੰਜਾਬ ਗਵਰਨਮੈਂਟ ਨੇ ਸੈਨਿਕ ਵੈਲਫੇਅਰ ਫੰਡ 'ਚੋਂ ਦੇਣੇ, ਦੇ ਦੇਣੇ ਚਾਹੀਦੇ। ਕੁਤਾਹੀ ਵਰਤੀ ਗਈ ਹੈ, ਬਿਲਕੁਲ ਕੁਤਾਹੀ ਹੈ। ਠੀਕ ਹੈ, ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਬਹੁਤ ਸਾਰੇ ਸਵਾਲ ਹੈਗੇ, ਸ਼ਾਹਤ ਦਾ 1 ਸਾਲ ਹੋਇਆ, ਪਰ ਸਵਾਲ ਬਾਕੀ ਕਿਉਂ ਹੈਗੇ ਆ? ਇਹ ਸਵਾਲ ਆਪਣੇ ਆਪ ਵਿੱਚ ਮਹੱਤਵਪੂਰਨ ਹੈਗੇ ਆ, ਅਤੇ ਜਿੰਨੀਆਂ ਡਿਬੇਟਸ ਮੈਂ ਸਵੇਰ ਤੋਂ ਜਾਂ ਕੱਲ੍ਹ ਤੋਂ ਸਾਰੇ ਪ੍ਰੋਗਰਾਮ ਦੇਖ ਰਿਹਾ, ਉਹਨਾਂ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੀ ਜਿਹੜੀਆਂ ਮੰਗਾਂ ਹੈਗੀਆਂ, ਉਹ ਸਵਾਲ ਆਊਟ ਕਿਉਂ ਹੈਗੇ ਆ? ਇਸ ਕਰਕੇ ਮੈਂ ਪਹਿਲਾਂ ਸਵਾਲ ਉਹ ਲੈ ਕੇ ਆਇਆ, ਬ੍ਰੇਕ ਤੋਂ ਵਾਪਸ ਆ ਰਿਹਾ। ਪਾਲ ਵੱਡਾ ਇੱਕੋ ਪੁੱਛ ਰਿਹਾ ਸੀ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸ਼ਹਾਦਤ ਅਤੇ ਸਿਆਸਤ ਵਾਲਾ ਦੌਰ ਖਤਮ ਕਿਉਂ ਨਹੀਂ ਹੁੰਦਾ? ਗਰੇਵਾਲ ਸਾਹਿਬ, ਐਡੀ ਵੱਡੀ ਸ਼ਹਾਦਤ ਹੋਈ ਹੈ, ਉਸ ਸ਼ਹਾਦਤ 'ਤੇ ਸ਼ਹੀਦਾਂ ਦੇ ਪਰਿਵਾਰ ਆ ਜਿਹੜੇ, ਉਹਨਾਂ ਦੇ ਹਾਲਾਤ ਜਾ ਕੇ ਦੇਖਣੇ ਚਾਹੀਦੇ ਆ। ਅਸੀਂ ਸਾਰੇ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀਆਂ 'ਤੇ ਪਏ ਹੋਏ ਹਾਂ, ਉਹ ਜਿੱਥੇ ਸ਼ਹਾਦਤ ਨੂੰ ਨਮਨ ਕੀਤਾ ਜਾਂ ਜਿੱਥੇ ਸਮਾਗਮ ਹੋ ਰਿਹਾ, ਉੱਥੇ ਸਵਾਲ ਸਰਕਾਰਾਂ 'ਤੇ ਪੁੱਛ ਰਹੇ ਆ। ਅਤੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ, ਦੇਸ਼ ਭਗਤੀ ਦੀ ਗੱਲ ਕਰਦੇ ਹੋ, ਰਾਸ਼ਟਰਵਾਦ ਦੀ ਗੱਲ ਕਰਦੇ ਹੋ, ਉਦੋਂ ਸ਼ਹੀਦਾਂ ਦੇ ਪਰਿਵਾਰ ਤੁਹਾਡੀ ਨਜ਼ਰ ਵਿੱਚ ਕਿਉਂ ਨਹੀਂ ਆਉਂਦੇ? ਗਰੇਵਾਲ ਸਾਹਿਬ, ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਪੁਲਵਾਮਾ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਾ, ਅਤੇ ਇਹ ਤੁਹਾਡਾ ਸਵਾਲ ਵੀ ਜਾਇਜ਼ ਆ। ਇਹ ਜੇ ਸਰਦਾਰ ਸੁਖਦੇਵ ਸਿੰਘ ਜਾ ਕੇ ਆਏ ਜਾਂ ਬਾਕੀ ਲੋਕ ਗਏ ਹੋਣੇ ਆ, ਉਹਨਾਂ ਦੀ ਇੰਡੀਵਿਜੁਅਲ ਸ਼ਰਧਾ ਅਤੇ ਸਤਿਕਾਰ ਆ, ਉਸ ਕਰਕੇ ਉਹ ਗਏ। ਪਰ ਪੋਲੀਟੀਕਲ ਪਾਰਟੀਆਂ ਦੀ ਤਰਫੋਂ, ਕਿਸੇ ਦੀ ਤਰਫੋਂ ਵੀ ਕੋਈ ਇਨੀਸ਼ੀਏਟਿਵ ਨਹੀਂ ਲਿਆ ਗਿਆ ਐਜ਼ ਏ ਪਾਰਟੀ, ਇਹ ਮੈਂ ਮੰਨਦਾ ਤੁਹਾਡੀ ਗੱਲ। ਔਰ ਦੂਸਰੀ ਗੱਲ, ਜਿਹੜਾ ਅਸੀਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਸਵਾਲ ਇੱਕ ਦੂਜੇ 'ਤੇ ਉਠਾਉਂਦੇ ਹਾਂ ਕਿ ਇਹਦਾ ਫਾਇਦਾ ਕਿਸ ਨੂੰ ਮਿਲਿਆ, ਇਹ ਸ਼ਹਾਦਤਾਂ ਦੇ ਫਾਇਦੇ ਨਫੇ ਨੁਕਸਾਨ ਦੇਖਣਾ, ਜਦੋਂ ਅਸੀਂ ਉਸ ਵੇਲੇ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਮੈਂ ਸਮਝਦਾ ਕਿ ਸਾਡੀ ਡੈਮੋਕ੍ਰੇਸੀ ਵੀ ਸ਼ਰਮਸਾਰ ਹੁੰਦੀ ਔਰ ਦੇਸ਼ ਭਗਤੀ ਵੀ, ਕਿ ਇਹ ਅਸੀਂ ਕਿਹੋ ਜਿਹੀਆਂ ਗੱਲਾਂ ਇੱਕ ਦੂਜੇ ਨਾਲ ਕਰਨ ਲੱਗ ਗਏ। ਔਰ ਇਹਦੇ ਨਾਲ ਕੀ ਆ ਕਿ ਅੱਗੇ ਦੇਸ਼ ਦੇ ਲਈ ਜਿਨ੍ਹਾਂ ਨੇ, ਕਿਸੇ ਨੇ ਵੀ ਸੰਘਰਸ਼ ਕਰਦੇ ਨੇ ਜਿਹੜੇ ਬਾਰਡਰ ਦੇ ਉੱਪਰ ਅਤੇ ਬਾਕੀ ਵੀ ਦੇਸ਼ ਦੇ ਅੰਦਰ ਵੀ, ਉਹ ਲੋਕਾਂ ਦਾ ਵੀ ਹੌਸਲਾ ਟੁੱਟਦਾ ਕਿ ਸਾਡੇ ਬਾਰੇ ਬਾਅਦ 'ਚ ਕੀ ਸੋਚਦੇ ਆ। ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਣੀ ਚਾਹੀਦੀ ਹੈ, ਔਰ ਇਹ ਸਰਕਾਰਾਂ ਦਾ ਕੰਮ ਹੈ, ਇੰਡੀਵਿਜੁਅਲ ਲੋਕਾਂ ਦਾ ਕੰਮ ਨਹੀਂ ਹੈ। ਔਰ ਜਾਂ ਇਸ ਲੈਵਲ 'ਤੇ ਐਨ ਜੀ ਓਸ ਕੰਮ ਕਰਦੀਆਂ ਹੋਣ, ਉਹ ਇਨੀਸ਼ੀਏਟਿਵ ਲੈਣ। ਇੰਡੀਵਿਜੁਅਲ ਵਿਅਕਤੀ ਦੀ ਤਾਂ ਗੱਲ ਪਾਰਟੀਆਂ ਸੁਣਦੀਆਂ ਵੀ ਨਹੀਂ ਹੈ। ਆਹ ਹੁਣ ਤੁਸੀਂ ਮੀਡੀਆ ਦੇ ਉੱਪਰ, ਅੱਜ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਜੀ, ਹੋਰ ਵੀ ਬਾਕੀ ਮੀਡੀਆ ਨੇ ਵੀ ਇਹ ਚੀਜ਼ਾਂ ਉਠਾਈਆਂ ਨੇ, ਇਹ ਅੱਛੀ ਗੱਲ ਆ ਕਿ ਉਠਾਈਆਂ ਨੇ। ਸ਼ਾਇਦ ਉਸ ਤੋਂ ਬਾਅਦ ਕਿਸੇ ਨੂੰ ਇਹ ਆ ਜਾਏ ਕਿ ਵੀ ਇਹਨਾਂ ਦਾ ਜਿਹੜੀਆਂ ਬਾਕੀ ਰਹਿੰਦੀਆਂ ਚੀਜ਼ਾਂ ਇਹਨਾਂ ਲਈ ਅਸੀਂ ਕਰਨੀਆਂ ਨੇ, ਜਿਹੜੀਆਂ ਘੋਸ਼ਣਾ ਕੀਤੀ ਆ ਉਹ ਜ਼ਰੂਰ ਕਰੀਏ। ਗਰੇਵਾਲ ਸਾਹਿਬ, ਤੁਸੀਂ ਜਾਂਚ ਦੇ ਵਿਚਾਲੇ ਤੁਸੀਂ ਦੱਸ ਕਿਉਂ ਨਹੀਂ ਪਾ ਰਹੇ ਵਿਰੋਧੀਆਂ ਨੂੰ, ਜਿਹੜੇ ਵਿਰੋਧੀ ਸਵਾਲ ਚੁੱਕਦੇ ਆ, ਤੁਸੀਂ ਦੱਸ ਕਿਉਂ ਨਹੀਂ ਪਾ ਰਹੇ ਕਿ ਹੋਇਆ ਕੀ ਸੀਗਾ? ਪਹਿਲੀ ਗੱਲ ਤਾਂ ਇਹ ਜਿਹੜਾ ਸਵਾਲ ਉਹਨਾਂ ਨੇ ਕੀਤਾ, ਪਹਿਲਾ ਹੀ ਸਵਾਲ ਉਹਨਾਂ ਦਾ ਕਿ ਇਹਦਾ ਫਾਇਦਾ ਕਿਸ ਨੂੰ ਮਿਲਿਆ, ਰਾਹੁਲ ਗਾਂਧੀ ਜੀ ਦਾ ਸਵਾਲ ਹੈ, ਇਹਦਾ ਫਾਇਦਾ ਕੀ ਦੱਸਿਆ ਜਾਵੇ, ਕਿਸ ਨੂੰ ਫਾਇਦਾ ਮਿਲਿਆ ਜਾਂ ਕਿਸ ਨੂੰ ਨੁਕਸਾਨ ਮਿਲਿਆ? ਦੇਸ਼ ਦੀ ਸੁਰੱਖਿਆ ਲਈ ਉਹ ਬਾਰਡਰਸ ਦੇ ਉੱਪਰ ਹੈਗੇ ਆ, ਉਹਨਾਂ ਏਰੀਆ 'ਚ ਹੈਗੇ ਆ, ਉਹਨਾਂ ਨੂੰ ਟੈਰਰਿਸਟ ਜਦੋਂ ਅਟੈਕ ਕਰਦੇ ਆ, ਨਾ ਕਿਸੇ ਨੂੰ ਫਾਇਦਾ ਦੇਖ ਕੇ ਕਰਦੇ ਆ, ਨਾ ਨੁਕਸਾਨ ਦੇਖ ਕੇ ਕਰਦੇ। ਨੁਕਸਾਨ ਕਿਸ ਨੂੰ ਹੋਇਆ? ਨੁਕਸਾਨ ਕਿਸ ਨੂੰ ਹੋਇਆ? ਨੁਕਸਾਨ ਦੇਸ਼ ਦਾ ਹੋਇਆ, ਨੁਕਸਾਨ ਉਹਨਾਂ ਪਰਿਵਾਰਾਂ ਦਾ ਹੋਇਆ ਜਿਨ੍ਹਾਂ ਦੇ ਲਾਡਲੇ ਚਲੇ ਗਏ, ਔਰ ਜਿਸ ਜਿਨ੍ਹਾਂ ਦੇ ਸੈਨਿਕ ਚਲੇ ਗਏ ਉਸ ਦੇਸ਼ ਨੂੰ ਨੁਕਸਾਨ ਹੋਇਆ। ਰਸਮਜੀਤ ਸਿੰਘ, ਇਹ ਨਫਾ ਨੁਕਸਾਨ ਵਾਲਾ ਸਵਾਲ ਕਿਉਂ ਆ ਰਿਹਾ? ਬਹੁਤ ਹੀ ਕਮਲਿਆਂ ਵਾਲਾ, ਜੇ ਮੈਂ ਮੋਟੀ ਭਾਸ਼ਾ 'ਚ ਕਹਾਂ, ਕਮਲਿਆਂ ਵਾਲਾ ਸਵਾਲ ਆ। ਇਸ ਤਰ੍ਹਾਂ ਸਵਾਲ ਨਹੀਂ ਕੀਤੇ ਜਾਂਦੇ ਪੋਲਿਟਿਕਸ ਵਿੱਚ। ਇਹਦਾ ਮਤਲਬ ਇਹ ਆ ਵੀ ਆਪਾਂ ਆਪਣੀ ਰਾਜਨੀਤੀ ਦੇ ਵਿੱਚ ਇੰਨੇ ਜ਼ਿਆਦਾ ਸਵਾਰਥੀ ਹੋ ਜਾਂਦੇ ਹਾਂ ਕਿ ਜਿਹੜਾ ਇਸ਼ੂ ਦੀ ਸੈਂਸਿਟਿਵਿਟੀ ਹੈਗੀ ਆ ਉਸ ਨੂੰ ਵੀ ਭੁੱਲ ਜਾਂਦੇ ਹਾਂ। ਇਹ ਬੈਨੀਫਿਟਡ ਦਾ ਸ਼ਬਦ ਜਿਹੜਾ ਵਰਤਣਾ, ਇਹ ਆਪਣੇ ਆਪ 'ਚ ਹੀ ਇਨਸੈਂਸਿਟਿਵ ਸ਼ਬਦ ਹੈਗਾ। ਬੈਨੀਫਿਟ ਕੀ ਹੈ? ਇੱਥੇ ਕੋਈ ਵਪਾਰ ਲਾਇਆ ਹੋਇਆ? ਇਹ ਗੱਲ ਨਹੀਂ ਸੀਗੀ। ਹਾਲਾਂਕਿ ਜਿਹੜੇ ਬਾਕੀ ਦੇ ਦੋ ਸਵਾਲ ਆ, ਪਹਿਲੇ ਸਵਾਲ ਨੂੰ ਜੇ ਅਲੱਗ ਕਰ ਦਿਉ ਤਾਂ ਉਹ ਬਿਲਕੁਲ ਵਾਜਬ ਸਵਾਲ ਹੈਗੇ ਆ। ਦੇਸ਼ ਸਾਰਿਆਂ ਦਾ ਸਾਂਝਾ, ਫੌਜ ਸਾਡੀ ਸਾਰਿਆਂ ਦੀ ਸਾਂਝੀ, ਸਾਡਾ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਕਿ ਇੰਨੀਆਂ ਕੀਮਤੀ ਜਾਨਾਂ ਜਿਹੜੀਆਂ ਭੰਗ ਦੇ ਪਾੜੇ ਚਲੇ ਜਾਣੀਆਂ, ਜਿਹੜੇ ਜੈਸੇ ਮੁਹੰਮਦ ਹੋਏ ਜਾਂ ਜੋ ਵੀ ਹੋਏ ਜਿਸ ਦੇ ਵੀ ਨਾਂ ਦੇ ਉੱਤੇ, ਉਹ ਸਾਰਾ ਲੱਗਾ ਕਿ ਅਚਾਨਕ ਇੰਨਾ ਹੋ ਜਾਣਾ। ਪਰ ਲੋਕਾਂ ਨੂੰ ਇਹ ਬੜੀ ਹੈਰਾਨੀ ਆ, ਈਵਨ CRPF ਦੇ ਕੁਆਟਰਾਂ 'ਚ ਹੈਰਾਨੀ ਆ, ਈਵਨ ਆਰਮੀ ਦੇ ਜਿਹੜੇ ਡਿਫੈਂਸ ਦੇ ਬੰਦੇ ਆ ਉਹਨਾਂ ਦੀਆਂ ਕਈ ਸਵਾਲ ਹੈਗੇ ਆ। ਫਾਰ ਇੰਸਟੈਂਸ, ਕਿ 78 ਗੱਡੀਆਂ ਦੇ ਵਿੱਚ 2500 ਬੰਦੇ ਤੁਸੀਂ ਉੱਥੇ ਲਿਜਾ ਰਹੇ ਹਾਂ, ਜਿਨ੍ਹਾਂ ਨੇ ਕਿ ਇਹ ਵੀ ਗੱਲ ਕਹੀ ਸੀ ਜੇ ਤੁਹਾਨੂੰ ਯਾਦ ਹੋਵੇ, ਉਹਨਾਂ ਜਿਹੜਾ ਡਿਬੇਟਾਂ ਕਿ ਸਾਨੂੰ ਬਾਈ ਏਅਰ ਲਿਫਟ ਕਰ ਲਓ ਕਿਉਂਕਿ ਸਨੋਫਾਲ ਹੋ ਗਿਆ ਸੀ, ਰਸਤਾ ਬੰਦ ਸੀ, ਉਹ ਰੁਕ ਗਏ ਸੀ ਜੰਮੂ ਦੇ ਵਿੱਚ,
फिर राह चों ढाई बजे रात नूं 16 जिहड़े बंकर जिहड़े बंकर गड्डियां हुंदियां जिन्हां नूं बंकर स्लीपर बंकर के की शब्द वरतदे आ इन्हां नूं पता होणा आ ओह भी नाल सीगे उहदे बावजूद भी गड्डी आउंदी आ ते 80 किलो आरडीएक्स थोड़ा नहीं हुंदा लिया के ते ब्लास्ट करके ते एक पूरे दा पूरा ट्रक हुण कई बंदियां ने यह भी सवाल किए कि वह गड्डी उत्थे सीगी भी कि नहीं सीगी कि ट्रक ही पर्टिकुलरली सारा अंदर वो पहले ही कितने रखा सी ब्लास्ट हो गया क्यों कई क्योंकि बनता है क्योंकि जो वो गड्डी उड्डी केड़ा नंबर से की सी वह कुछ तो बचा हो कि उस इन्नी फोरेंसिक साइंस है एड्डा व्डा उस बारे वो जो सवाल खड़े होंगे वो सारे की क्यूरियोसिटी है कि एड्डा व्डा नुकसान जिमें विक्रम जी ने भी दस्या आ कि एड्डा 30 साल एड्डा व्डा कोई नुकसान साडा आर्मी का नहीं होया तो उसका आटोमैटिकली फर्ज बनता कि उन्होंने दिनों से तो चलो इलैक्शन से नहीं हूँ तो साल हो गया कि देश इन्ना कितने जानना चाहू उन्होंने परिवार भी जानना चाहे शहीदों के कि होया कि होया कि लैब से ता कि गांह तो साड़ी उत्थे सिख्या की हो सकती जिमें हूँ फॉर इंस्टेंस वो जो हैलीकॉप्टर वो बंदियां सजावं मिल गया जिन्होंने अपने ही हैलीकॉप्टर उड़ाता सीगा 6 बंदे जो फौजी से शहीद हो गए थे उन्होंने बाद में इनक्वायरी होकर सजावं मिली पर इस गल की इनक्वायरी क्यों नहीं हो पाई ये बड़ा इंपोर्टेंट सवाल है विक्रम जी का मेरा एक सवाल हैगा इनक्वायरी चल रही है NIA दे एक करिकुलम हुंदा भी असी कितनी देर दे विच सारे कुछ जांच रिपोर्ट सौंपनी है इस मामले दे विच NIA दी जांच ते सवाल चुके जा सकते हैं एक सवाल दूजा सवाल यह है कि जिहड़ा विस्फोटक उत्थे इन्नी वड्डी मात्रा विच आया वह विस्फोटक आम तौर पर मुहैया कराया जा सकता है जां सरहद पार करवाई जा सकती है नहीं आई थिंक NIA ने हुण तक जिहड़ी चार्जशीट है उन्होंने अंडर द अनलॉफुल प्रिवेंशन एक्टिविटीज एक्ट जिहड़ा हैगा 90 डेज विच करनी होंदी है बट उन्होंने नहीं की क्योंकि इन्हां नूं दे आर अनएबल टू जिस तरह मैं पहला भी कहा सी ये कोई केस विच हेडवे कर ही नहीं रहे सानू आ तक नहीं पता कि जिहड़ा जिहड़ी एक्सप्लोजिव आया हाई ग्रेड वॉरफेयर एक्सप्लोजिव कहिंदे उहनूं उह कित्थों आया कित्थों पेनीट्रेशन हुई है बॉर्डर तो नहीं इह सरहद पार तो आया जा सकदा है इंटेलिजेंस टिप ऑफ सी पुलवामा तो पहला आईडी रखी जाएगी हाईवे ते नो आईडी मीनस कि उन्होंने कितने रोड ते फिक्स करके ना उन्हें लगा देनी है छुपा के और जब ट्रक पास करेंगे रिमोट कंट्रोल ना उड़ा देनी बट दिस वॉज समथिंग वेरी डिफरेंट दिस वॉज अ मूविंग IED एक ए गड्डी फिक्स करके ए लास्ट मिनट ते पेनेट्रेट किया हुण तुसी देखो कश्मीर का जो नैशनल हाईवे है दोज हू हैव गॉन देयर बहुत छोटिया छोटिया गलीज आके ना नैशनल हाईवे जुड़दियां ठीक है ना अगर तुसी ओ गलियां नू ब्लॉक कर दो फिर ह्यूमन राइट्स वाले कहेंगे देखो जी कश्मीर के लोगों नू उन्हां दी मूवमेंट तुसी रिस्ट्रिक्ट करती है कि उन्होंने तुम चलन नहीं देना जब तक कॉनवॉय पास नहीं करता सो इन्होंने की किया टिल पुलवामा दे यूज टू अलाउ कश्मीरी ट्रैफिक ऑलसो मूविंग अलोंग विद द कॉनवॉयज सो दिस फेलो आदिल अहमद बडार जो बॉम्बर से ही टुक एडवांटेज ऑफ इन्हें की किया जिस तरह ही कॉनवॉय इन्हों जा रहा है ये फटाफट गली चो निकलिया गॉट ऑन टू द मेन नैशनल हाईवे ड्रोव अलोंग एंड ब्लास्टेड इट सो इट वॉज सम देखो कश्मीर में 3 कार बॉम्बिंग अटैक्स हुए ने 3 और लास्ट कार बॉम्बिंग अटैक अकर्ड इन 2004 सो इन्हों इन्नी कोई ज़्यादा इंडिकेशन नहीं सी कि एक आईडी कार विच फिक्स करके बॉम्ब करेगी इन्हों की सारी इंडिकेशन सीगियाँ कि जाते वो टेररिस्ट नैशनल हाईवे ते स्टेशन होकर मशीन गन नाल फायर करेंगे जा एक बॉम्ब नू फिक्स करके रिमोट कंट्रोल नाल उड़ा देंगे उहदे लई आर्मी और CRPF दे बड़े वधिया सिक्योरिटी ड्रिल्स होंदियां ने कि बिफोर द कॉनवॉय स्टार्ट्स मूविंग ऑन द रोड पूरा उन्हां दी रोड ओपनिंग पार्टीज चल के वो सैनिटाइज करदियां ने सो आईडी वाज नॉट फिक्स्ड इट वाज अ मूविंग आईडी किसे नू इस मामले च फिक्स कीता गया जिन्हां ड्यूटी सीगी इस सारे नहीं आई थिंक इट इज अनफेयर टू ब्लेम दी सिक्योरिटी फोर्सेज फॉर दी रोड ओपनिंग पार्टीज बिकॉज़ दे हैड डन देयर जॉब प्रॉपर्ली देखो आईडी कोई नहीं मिली जे विरोधी है विक्रम जी तो ये सवाल करदे पे किसे नू तां फिक्स करना चाहिए ना कितनी लापरवाही सी कितनी नगैली सी किन्ने गल नहीं सुनी नहीं आई थिंक इंटेलिजेंस फेलियर अकर्ड एट दैट लेवल के दी असेसमेंट वॉज रोंग के असेसमेंट वॉज के आईडी फिक्स्ड आईडी नाल उड़ाया जाएगा इंटेलिजेंस ब्यूरो की रिपोर्ट थी कोई ऐसे इंटेलिजेंस इनपुट नहीं आया कि कार ते फिट होके इंटेलिजेंस फेलियर है इंटेलिजेंस फेलियर एट दी लेवल ऑफ असेसमेंट और दूजा इंटेलिजेंस आंदा प्रॉब्लम ये आंदी है
कि यह जो कार बॉम्बिंग अटैक है इट कैन ओनली बी प्रिवेंटेड इन द प्लैनिंग स्टेज जो अपना मॉड्यूल इकट्ठा कर रहे होंगे ने कार नू फिट कर रहे होंगे ने तुसी तद ही डिटेक्ट कर लो भी ये कार फिट कर रहे ने ये गड़बड़ करने वाले तुसी उन्होंने उत्थे पढ़ो एक बारी गड्डी फिक्स होके उन्होंने दो मिनट लगते हैं उन्हें गली चो आना कॉनवॉय मूव किया उन्हें ऐ आया and within 2 minutes he had blasted and finished theek hai so it is not so easy kashmir which inni dekho 9/11 new york choya inni high security america state hai inni technological surveillance hai unhone plane hijack karke thokte acha brussels which attack hoya london attack hoya paris attack hoya despite very highly advanced western intelligence on the police service inna visfot hona inda matlab kala bharat inda shikar nahi hega inda matlab eh samjha jave dekho I am saying ki there is a lapse there is an assessment failure but we should not go to the extent ke ji ye bahut hi bada failure ho gaya saadi security force jo security forces nu input milya unhone te apni duty kiti unhon nu input milya ki id fix hoega highway te unhone puri road check kar li koi id nahi chalo theek hai main hor chhota break lena break to wapas aavange sawal hun eh vi hega ki assi us to baad sikhya ki hai दहशतगर्दी जी एड्डी वड्डी उन्होंने वारदात को अंजाम दिता है उस तो बाद असी की किया है एक साल के असी कुछ सीख्या है जो सिर्फ सियासत की है ब्रेक तो वापस आके ये सवाल हो गए जरूर शहादत एक साल तो बाकी क्यों ने सवाल असी सवाल एको पूछ रहे हैं शहादत सियासत वाला दौर खत्म हो जाता गरेवाल साहब तुम ये तो इल्जाम है जोड़ा कलर राहुल गांधी का नहीं तो पूरा उदो भी लगता रहा जो इलैक्शन देश के पुलवामा हमले के बाद बालाकोट स्ट्राइक न इस तरीके सियासी अखाड़े वरत्या कि लोगों के एक इस तरीके सारा कुछ पेश कर दिता कि सिर्फ पाकिस्तान नाल ही साड़ी लड़ाई है दहशतगर्दी नाल ही साड़ी लड़ाई हैगी है जो साढ़े अंदरूनी मसले हैगे है वह पासे हो गए ये इल्जाम तुहाडे ते लगता रहा इनू किवें एड्रैस करोगे नहीं उस वेले साढ़े इन्नी संख्या ज़्यादा संख्या जवान शहीद होए और उसके बदले च असी कार्रवाई की और जिहड़ियां पहलां इस तरीके नाल बहुत घट कदे किसे समय होईयां होणियां और जिन्नी दलेराना तरीके नाल उसका जवाब दिता गया जे उसके बारे किते कोई चर्चा होवे तो मैं समझदा कोई बुरी गल नहीं है नहीं आपां पोलिटिकल रैलीज दे विच चर्चा क्यों छड़ी ऐसे सवाल है जदों इधरों सवाल उठण लगे कि यह सब झूठ है कीता करवाया गया ये भारत सरकार ने करवाया इन्होंने फायदा लैन लई करवाया ऐसिया गल्लां इन्हां लोगां ने कीतियां तो उस वेले ये सवाल उठाने जरूरी सी उठने ही सीगे ते जदों तुसीं इन्हां नूं काउंटर करना सीगा काउंटर करन तां जनता नूं तां दसना ही है ना कि झूठ बोल रहे हैं साडे बारे ये तो गल दसनी बनती कदे भी किसी कंट्री के अंदर भी इस तरह के सवाल कदे नहीं उठे डेमोक्रेसी बहुत सारे कंट्रीज हैगी है उत्थे अपने नेशन का इंट्रस्ट पहला देखते हैं उन्हें जेडे उत्थों के शहीद होंगे या उत्थों के सत्कारयोग लोग होंगे जेडे देश के लिए संघर्ष करते हैं उन्होंने सत्कार से सम्मान पहला किया जाता अपनी जित हर बार हूँ एक 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 सियासी पार्टी सवाल चुकती हो गल असी मान लीए यह सारे हूँ एंटी नैशनल एलीमेंट है जो सवाल पूछ उन्होंने सियासी पार्टियां का साढ़े सामने देश के अंदर आधार घट गया उन्हां दी कोई गल है नहीं वो सोच दे किसे तुसी उन्हां जवाब दे दो ना दस दो तुसी उन्हां दस दे क्यों नहीं पए तुसी उन्हां सच दस दो असी शहादत वाले दिन इहो जी बहस करिए ही ना असी उन्हां परिवारां दी गल की करिए जी देखो हर जो भी स्टैप्स लैने से सरकार की तरफों ले गए जिस तरह विक्रम जी इस मसले की एक्सपर्टीज हैगी है टोटल और इन्होंने बहुत सारी चीज़ा दसियां तो सरकार ने उधरों जिहड़ियां सिक्योरिटी एजेंसीज ने फोर्सेज ने उन्होंने अपने अपने स्टैप लए ने कौन वाई जाएगी तो उस वे हूँ कोई बच्च इंटरफेयर नहीं करेगा दूसरा प्राइवेट बंदा तो हूँ किसी ने भी अलाउ नहीं किया जाता यह स्टैप्स ले ने होर की कर दे एयर दे ऑलसो मूविंग बाय एयर साडे ज्यादा जवान हुन एयरलिफ्ट हो रहे ने एयर इंडिया फ्रॉम जम्मू रादर देन गोइंग बाय रोड हुन लिंक रोड ओदो क्लोज भी किया जाता जदों हुन लिंक रोड भी क्लोज ने क्लोज किया जाता सुदेश रोपड़ राहुल गांधी नु माफी मंगनी चाहिए है इन जेड़ा उन्होंने ट्वीट किया राहुल गांधी नु क्यों माफी मंगनी चाहिए जेड़ा उन्होंने पहला सवाल किया हमले सब तो वध फायदा किसनु होया देखो बीजेपी ये वार वार गल कह रही है सरकार वालों भी यहोजे सवाल तो आड़े ते खड़े हो गया कि तुहानू माफी मंगनी चाहिए है तुसी यहोजे सवाल चुकदे हो नहीं देखो बीजेपी ने जिहड़ी गरेवाल साहब गल कह रहे हैं ना गरेवाल साहब गल नू उल्टा करके कह रहे हैं जिस टाइम दे उत्ते सवाल उदों उठे अज तक कदे इस किस्म दे ना सवाल उठे सी ना उठदे सी पहला जदों इन्हां ने वो करन तो बाद उनू पोलीटिकली बनाउणा शुरू करता उस तो बाद सवाल उठने शुरू होए तुसी जो चैक द ट्रैक रिकॉर्ड इन्होंने उस तो बाद जो ये किया तो नैचुरल है वो वास्ते उदो जो तुम कोई गल करोगे इस किस्म का उन्होंने फायदा लैन की गल करोगे तो वेडे तो किंतु परंतु उठने राहुल गांधी के सवाल पहली बार नहीं 10 मार्च को राहुल गांधी ने पूछे कि मसूद किसने छड़िया
16 मार्च को राहुल गांधी पुछते हैं पुलवामा होया उदो मोदी शूटिंग च बिजी सन, यह सवाल मैं विक्रम जी तो जरूर लूंगा। एक सवाल उन्होंने पूछा डीएसपी दविंदर सिंह का पुलवामा हमले का की कनैक्शन है, डीएसपी दविंदर सिंह का पुलवामा हमले का कनैक्शन है कोई? नहीं, उस टाइम उसे पोस्टेड सी? नो नो रोंग, फैक्चुअली रोंग। चलो देखो गल है, उन्हां दी पोस्टिंग बहुत पहला ओ तो ही वाज ट्रांसफर आउट ऑफ पुलवामा। डीएसपी दविंदर सिंह वाज पोस्टेड एज डीएसपी इन पुलवामा व्हेन दी लेथपुरा डिस्ट्रिक्ट पुलिस लाइन अटैक, उस तो पहला पुलवामा, पुलवामा 2017 विच। इन्ने साल तुसी राज कीता देश दे विच, ये सवाल पूछन लग्या तुसी किसी नाल तां चर्चा करदे होंगे, तुहाडे इन्ने वड्डे वड्डे सलाहकार उत्थे बैठे है रोपड़ साहब। देखो गल ये है के पी जी, मैं तो तुहानू कई जना उन्होंने बिल्कुल सवाल सही उठे है, सही जो तुम इस गल आके इलेक्शन च भरा लग गए तो सवाल तो उठने ही ने। आई थिंक के पी वी मस्ट टैकल दिस वेरी की क्वेश्चन ऑफ द पोलिटिकली इनू किसी नू इदी इंप्लीकेशन हुई हैं ऑफ द पुलवामा अटैक। नो आई थिंक फर्स्ट फैक्ट इज के जैश ए मुहम्मद ने अटैक क्लेम किया, इस तो पहला कदे क्लेम किया उन्होंने? कट करते सीगे, दे वुड ट्राई एंड कीप क्वाइट अबाउट इट, ऑल्दो पता लग जाता सी जैशे मुहम्मद ने किया, बट इस बारी इन्होंने ओपनली क्लेम किया। सैकेंडली जैशे मुहम्मद ने उदे बाद उस क्लेम नू डिनाई नहीं किया, दे नेवर विड्र्यू दैट क्लेम, सो दैट शोज के जैशे मुहम्मद वॉज बिहाइंड द अटैक। सैकेंड द थर्ड इशू दैट अराइजेज इज कि जैशे मुहम्मद ने उस टाइमिंग नाल और क्लेम ओपनली पब्लिक क्यों किया, जो मेरी असैसमेंट ये हैगी है कि जैश ए मुहम्मद की एक कैलकुलेशन सी कि मोदी साहब की जिहड़ी हिंदुत्वा फोर्सेस अगर पावर विच वापस आंदी ने इंडिया विच, और मोदी साहब इफ यू रिमैंबर पिछले साल इलैक्शन तो कुछ महीने पहले उन्होंने जिहड़ी पॉपुलैरिटी ग्राफ और इलैक्शन के जिहड़े चांसेस सी वह कट हो रहे थे, बट पुलवामा होया उसके बाद बालाकोट किया इमीजिएटली इन्हों का इलैक्शन रिजल्ट काफ़ी अच्छा हो गया। नो माई असैसमेंट इज़ कि जैश ए मुहम्मद और पाकिस्तान के कुछ बंद ने अटैक करवाया है, ये मोदी साहब की गवर्नमेंट ने कोई हाथ नहीं है, बट जैश ए मुहम्मद की यह कैलकुलेशन सी कि अगर हिंदुत्वा फोर्सिस पोलिटिकली वापस इंडिया में पावर चाहदियाँ ने तो इन का जोड़ा एजेंडा हैगा वो सर्व ज़्यादा होंगे क्योंकि डिवाइसिव पॉलिटिक्स आ गई है। हुण तुसी देखो ये वापस आए ने पावर च, इन्होंने NRC CAA NPR की गल्लां कर रहे हैं और इन्नी ज़्यादा भड़की है अग इंडिया में। बंगलादेश जिस तरह साढ़े बड़े पुराने एलाइज नेबर्स वो साढ़े नाल नाराज़ हो गए, सो ये एजेंडा जिहड़ा हैगा ना ये इन्हां नूं सूट कर रहा, एजेंडा सूट कर रहा। प्रसन्न जी सिंह, ये जिहड़ा विक्रम जी थरा ने सवाल विच एक खड़ा कर दिता कि उस तो बाद पोलिटिकल गेन तो होया, उस सवाल नूं किवें एड्रेस किया जाए? नहीं नहीं बिल्कुल गेन ही नहीं होया, सगों यहो जे भी तुहानू याद होना सवाल उठे सीगे कि फौज सारे देश की सांझी हुंदी आ, उस नूं भी पोलिटिकल टर्म्स दे विच स्टेटमेंट आई जी परसना भी हुई और फिर तो फिर यह सवाल मैं जे फौज के व्डे अफसर है ज फौज मुखी के अहदे जिन्होंने ले आ उस तो बाद जे सियासत आए है सवाल उन्होंने भी पूछना चाहिए फिर? बिल्कुल हाँ। इसे करके असं कहने नहीं तुम याद है कि राजस्थान दो चोण हुई तो वो राजस्थान जाके इन्होंने कहा कि बाद इलैक्शन कमीशन ने उस सवाल भी किया गल लग गया कि इलैक्शन कमीशन ने बाद लवासा वगैरह सजा जरूर मिल गई जिन्हें कहा कि हाँ इस गल के उत्ते इन्हों संश्योर होना चाहिए आ प्राइम मिनिस्टर का भी जिन्होंने कहा कि नौजवान पुलवामा याद करके वोटा पाउन, इतने राजनीति नहीं तो होर की है। चलो वो गल् हो गई, साढ़े राजनीतिक लोग हर चीज़ का वोट लैण लई इस्तेमाल करते हैं, जात धर्म फिरका प्रस्ती इहोजियां गल्लां दा करदे। फिर भी मैं कहना कि जे ये सवाल करने सीगे जे आपां बिल्कुल ही विरोधी पार्टियां सीरीयस हैगियां तां पार्लीमेंट दा हुणे हुणे सैशन खत्म हो के हटिया, उहदे विच राहुल गांधी पार्लीमेंट विच सवाल पुछदे तुसीं इह कहना चाहुंदे? बिल्कुल राहुल गांधी की होरनां दा भी ये फर्ज बनता है, कल्ला राहुल गांधी का नहीं, जे राहुल गांधी नूं भी हुण ट्वीट चेते आ गया जदों पार्लीमेंट दा सैशन असीं सोच रहे कि उठ गया जदों उदों नहीं, फिर एक साल पूरा होने ते फिर मीडिया हाइप किवें मिलदी? नहीं 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 ये तो फिर हाइप का की है हुण आपां की उहदियां तरीफां कर रहे हैं राहुल गांधी दियां, ये कोई हाइप नहीं, इस तरह नहीं हाइप मिलती होंगी तुहानूं जे तुसीं सीरीयस हैं तो एक प्लेटफॉर्म आ जिहदे च तुहाडे ते ये एलीगेशन नहीं लगणगे जिहड़े हुण लग रहे आ कि इन्हां ने भी पॉलिटिक्स की, जे रूलिंग पार्टी पॉलिटिक्स उहदा फायदा लैण दी कीती है ते ये भी कोशिश कर रहे आ, इस करके जे वह एक प्रॉपर जिथे इस गल का मंग की जा सकती हुंदी है कि देखो जी देश से इस गल का मंग एक प्लेटफॉर्म है जिथे वह तो उत्थे कोई यहोजी गल नहीं हुई, इस करके मेरा ख्याल है कि आपां वो अपरचुनिटी लूज कर ली हूँ, असी ये सारियां गल्लां नूं जज्बाती करके एक ने तो चलो जो पोलीटल गेन होया होया दूजे का, पर जी जी विक्रम जी गल कह रहे कि एड्डी वड्डी प्री प्लैनिंग सी कि पाकिस्तान चाहता सी कि बीजेपी आए,
ਮੇਰਾ ਖਿਆਲ ਇਟ ਇਜ਼ ਵਰਥ ਇਨਵੈਸਟੀਗੇਟਿੰਗ। ਇਹ ਵੀ ਇਹਨਾਂ ਗੱਲਾਂ ਦੀ ਇਸ ਨਾਲ ਜੁੜਦੀ ਰਿਪੋਰਟ ਦਾ ਹਿੱਸਾ ਹੋਣਾ ਚਾਹੀਦਾ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਡਿਬੇਟ ਦਾ ਦਾਇਰਾ ਹੋਰ ਵੱਡਾ ਹੁੰਦਾ ਜਾ ਰਿਹਾ ਅਤੇ ਇਸ ਦਾਇਰੇ ਦੇ ਵਿੱਚ ਜੇ ਪਾਕਿਸਤਾਨ ਤੋਂ ਸਰਹੱਦ ਪਾਰ ਤੋਂ ਕੋਈ ਨਾਪਾਕ ਸਾਜ਼ਿਸ਼ ਰਚੀ ਗਈ ਹੈਗੀ ਆ, ਜਿਹਨੀ ਇਨਵੈਸਟੀਗੇਸ਼ਨ ਹੋ ਰਹੀ ਹੈ, ਇਨਵੈਸਟੀਗੇਸ਼ਨ ਤੋਂ ਬਾਅਦ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਪਰ ਜੇ ਸਰਹੱਦ ਪਾਰ ਤੋਂ ਉਸ ਜ਼ਮੀਨ ਨੂੰ ਵਰਤਿਆ ਗਿਆ, ਜੈਸ਼ ਲਸ਼ਕਰ ਦਾ ਜ਼ਿਕਰ ਹੋ ਰਿਹਾ, ਜਿਹੜੀਆਂ ਸਾਡੇ ਕੋਲ ਮੁੱਢਲੀਆਂ ਰਿਪੋਰਟਾਂ ਹੈਗੀਆਂ, ਉਸ ਤੋਂ ਬਾਅਦ ਕੀ ਪਾਕਿਸਤਾਨ ਦੇ ਖਿਲਾਫ਼ ਭਾਰਤ ਨੇ ਕੋਈ ਇੱਕ ਨਵਾਂ ਸਿਕੰਜਾ ਕੱਸਿਆ, ਦਹਿਸ਼ਤਗਰਦੀ ਦੇ ਵਿੱਚ ਕਮੀ ਆਈ ਹੈ? ਇਹੋ ਜਿਹੇ ਸਵਾਲ ਵੀ ਹੋਣੇ ਲਾਜ਼ਮੀ ਹੈ ਕਿ ਅਮਰੀਕਾ ਤੋਂ ਵਾਪਸ ਆ ਕੇ ਇਹ ਸਵਾਲ ਹੋਣਗੇ। ਜ਼ਰੂਰ ਸਵਾਲ, ਇਹ ਸਵਾਲ ਵੱਡਾ ਇੱਕੋ ਪੁੱਛ ਰਿਹਾ, ਸ਼ਹਾਦਤ ਅਤੇ ਸਿਆਸਤ ਵਾਲਾ ਦੌਰ ਖਤਮ ਕਿਉਂ ਨਹੀਂ ਹੁੰਦਾ ਗਾ? ਵਿਕਰਮਜੀਤ, ਇੱਕ ਸਵਾਲ ਦਾ ਬੜਾ ਛੋਟਾ ਜਿਹਾ ਜਵਾਬ ਦਿਓ ਪਲੀਜ਼ ਤੁਸੀਂ। ਪਾਕਿਸਤਾਨ ਨੂੰ ਅਸੀਂ ਕੋਈ ਮੈਸੇਜ ਦੇ ਸਕੇ ਹਾਂ ਹੁਣ ਤੀਕਰ? ਦਹਿਸ਼ਤਗਰਦਾਂ ਨੂੰ ਕੋਈ ਮੈਸੇਜ ਦੇ ਸਕੇ ਹਾਂ ਪੁਲਵਾਮਾ ਅਟੈਕ ਤੋਂ ਬਾਅਦ? ਨਹੀਂ, ਆਈ ਥਿੰਕ ਆਫਟਰ ਬਾਲਾਕੋਟ ਪਾਕਿਸਤਾਨ ਨੂੰ ਇੱਕ ਬੜਾ ਸਟਰੋਂਗ ਸਿਗਨਲ ਸਟ੍ਰੈਟੇਜਿਕ ਲੈਵਲ ਤੇ ਗਿਆ ਕਿ ਇੰਡੀਆ ਆਪਣੀ ਜਿਹੜੀ ਰਿਸਟ੍ਰੇਂਟ ਨੂੰ ਕ੍ਰੋਸ ਕਰਕੇ ਦੇਖੋ, ਇੰਡੀਆ ਨੇ ਜਿਹੜੀ ਰਿਟੈਲੀਏਸ਼ਨ ਬਾਲਾਕੋਟ ਵਿੱਚ ਕੀਤੀ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿੱਚ ਨਹੀਂ ਸੀ, ਉਹ ਪ੍ਰੋਪਰ ਪਾਕਿਸਤਾਨ ਨੇ ਜਾ ਕੇ ਹਮਲਾ ਕੀਤਾ ਔਰ ਉਹਦੇ ਨਾਲ ਪਾਕਿਸਤਾਨ ਚੰਗੀ ਤਰ੍ਹਾਂ ਹਿੱਲੀ ਆ। ਉਹਦੇ ਬਾਅਦ ਇਫ ਯੂ ਰਿਮੈਂਬਰ, ਅਜ਼ਹਰ ਮਸੂਦ ਨੂੰ UN ਨੇ ਬਲੈਕਲਿਸਟ ਕੀਤਾ ਹੈਗਾ। ਉਹ ਤੁਸੀਂ ਦੇਖੋ ਆਫਟਰ ਬਾਲਾਕੋਟ ਟੈਰਰਿਸਟ ਐਕਟੀਵਿਟੀਜ਼ ਇਨ ਕਸ਼ਮੀਰ ਡਿਕਲਾਈਨ ਆਈਆਂ ਨੇ। ਔਰ ਇੱਕ ਹੋਰ ਬੜਾ ਵਧੀਆ ਇੰਡੀਕੇਟਰ ਹੈ ਕਿ ਲੋਕਲ ਰਿਕਰੂਟਮੈਂਟ ਆਫ ਕਸ਼ਮੀਰੀ ਬੋਇਜ਼ ਇਨ ਕਸ਼ਮੀਰ ਹੈਜ਼ ਡਿਕਲਾਈਨਡ ਬਾਈ 45% ਦਿਸ ਈਅਰ। ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ ਪੁਆਇੰਟ ਟੂ ਨੋਟ। ਸੋ ਆਈ ਥਿੰਕ ਪਾਕਿਸਤਾਨ 'ਤੇ ਫਰਕ ਪਿਆ ਕਿਉਂਕਿ ਪਾਕਿਸਤਾਨ ਨੇ ਇੱਕ ਨਿਊਕਲੀਅਰ ਬਲਫ ਚਲਾਉਂਦਾ ਸੀਗਾ ਕਿ ਇੰਡੀਆ ਹਮਲਾ ਨਹੀਂ ਕਰੇਗੀ ਕਿਉਂਕਿ ਸਾਡੇ ਕੋਲ ਨਿਊਕਲੀਅਰ ਵੈਪਨਸ ਨੇ, ਬਟ ਇੰਡੀਆ ਨੇ ਉਹ ਨਿਊਕਲੀਅਰ ਬਲਫ ਨੂੰ ਕਾਲ ਕਰਕੇ ਪਾਕਿਸਤਾਨ ਦੇ ਵਿੱਚ ਜਾ ਕੇ ਹਮਲਾ ਕੀਤਾ। ਮੈਂ ਇੱਕ ਸਵਾਲ ਹੋਰ ਤੁਹਾਨੂੰ ਕਰਨਾ ਚਾਹੁੰਦਾ, ਉਹ ਸਾਡੇ ਬਹਾਦਰ ਜਵਾਨਾਂ ਨੇ ਅਟੈਕ ਕੀਤਾ, ਉਸ ਨੂੰ ਵੀ ਸਿਆਸਤ ਨੇ ਆਪਦੇ ਮਫਾਦਾਂ ਲਈ ਵਰਤਿਆ, ਉਹ ਕਿਉਂ? ਦੇਖੋ ਜੀ, ਇਹ ਜਿਹੜੀ ਪੋਲੀਟਿਸਾਈਜ਼ੇਸ਼ਨ ਆਫ ਦਾ ਸਿਕਿਉਰਿਟੀ ਫੋਰਸਿਸ ਹੈ, ਇਹ ਤੁਸੀਂ ਉਹਨਾਂ ਦਾ ਬਿਆਨ ਵੀ ਸੁਣਿਆ ਹੋਊਗਾ, ਉਹਨਾਂ ਨੇ ਬਿਆਨ ਦਿੱਤਾ ਅਸੀਂ ਆਪਦਾ ਕੰਮ ਕੀਤਾ, ਉਸ ਤੋਂ ਅੱਗੇ ਨਹੀਂ ਬੋਲੇ ਸੀ ਉਹ। ਦੇਖੋ, ਸਾਡੀ ਪੋਲੀਟਿਸਾਈਜ਼ੇਸ਼ਨ ਇਜ਼ ਅ ਵੈਰੀ ਬੈਡ ਥਿੰਗ। ਤੁਸੀਂ ਰਿਮੈਂਬਰ ਕਰੋ ਕਿ 2016 ਸਰਜੀਕਲ ਸਟ੍ਰਾਈਕਸ ਹੋਈਆਂ ਸੀਗੀਆਂ, ਉਹਦੇ ਬਾਅਦ ਤੁਰੰਤ ਇਹਨਾਂ ਨੇ UP ਇਲੈਕਸ਼ਨ ਜਾ ਕੇ ਹਨੂੰਮਾਨ ਦੀ ਵੀ ਆਰ ਲਾਈਕ ਹਨੂੰਮਾਨ ਅਤੇ ਅਸੀਂ ਆਹ ਕਰਤਾ, ਇਹਨਾਂ ਨੇ ਪੂਰਾ ਐਕਸਪਲੋਇਟ ਕੀਤਾ ਸੀ UP ਇਲੈਕਸ਼ਨ ਵਿੱਚ 2016 ਦੀ ਜਿਹੜੀ ਸਰਜੀਕਲ ਸਟ੍ਰਾਈਕਸ ਹੋਈਆਂ ਸੀਗੀਆਂ। ਹੁਣ ਵੀ ਇਹਨਾਂ ਨੇ ਬਾਲਾਕੋਟ ਨੂੰ ਰੱਜ ਕੇ ਐਕਸਪਲੋਇਟ ਕੀਤਾ ਔਰ ਇਲੈਕਸ਼ਨ ਵਿੱਚ ਇਹਨਾਂ ਨੇ ਥੰਪਿੰਗ ਮੈਜੋਰਿਟੀ ਲਿੱਤੀ ਹੈ। ਸੋ ਦੈਟ ਇਜ਼ 100% ਟਰੂ, ਬਟ ਦੈਟ ਇਜ਼ ਐਟ ਦੀ ਪੋਲੀਟੀਕਲ ਲੈਵਲ। ਬਟ ਆਈ ਸੇ ਦੈਟ ਐਟ ਦਾ ਸਟ੍ਰੈਟੇਜਿਕ ਲੈਵਲ ਬਾਲਾਕੋਟ ਨੇ ਪਾਕਿਸਤਾਨ ਨੂੰ ਅਸਰ ਕੀਤਾ ਹੈ, ਕਿਉਂਕਿ ਪਾਕਿਸਤਾਨ ਆਰਮੀ ਦੀ ਜਿਹੜੀ ਇੱਕ ਇਨਵਿੰਸੀਬਲ ਇਮੇਜ ਸੀਗੀ ਕਿ ਸਾਨੂੰ ਕੋਈ ਛੇੜ ਨਹੀਂ ਸਕਦਾ ਅੰਦਰ ਆ ਕੇ, ਇਹਨਾਂ ਨੇ ਜਾ ਕੇ ਵਿੱਚ ਜਾ ਕੇ ਮਾਰਿਆ, ਉਹਨਾਂ ਦੀ ਇਮੇਜ ਕਾਫੀ ਹਰਟ ਹੋਈ ਹੈ। ਠੀਕ ਹੈ, ਸੁਦੇਸ਼ ਰੋਪੜ, ਤੁਸੀਂ ਇਸ ਦਾ ਕ੍ਰੈਡਿਟ ਇਹਨਾਂ ਨੂੰ ਦੇਣਾ ਚਾਹੋਗੇ? ਦੇਖੋ, ਗੱਲ ਇੱਕ ਹੈ, ਮੈਂ ਉਹੀ ਗੱਲ ਹੈ, ਮੈਂ ਹੁਣ ਜੇ ਮੈਂ ਇੱਕ ਬੇਨਤੀ ਕਰੂੰਗਾ ਵਿਕਰਮਜੀਤ ਨੂੰ, ਵਿਕਰਮਜੀਤ ਨਾਲ ਜਦੋਂ ਮੈਂ ਗੱਲ ਕਰਦਾ ਫਿਰ ਉਹ ਆਪਣੀ ਗੱਲ ਰੱਖਣ ਲੱਗ ਜਾਂਦੇ ਨੇ, ਫਿਰ ਕਿਉਂਕਿ ਫਿਰ ਸਾਡਾ ਤਾਂ ਖਤਮ ਹੋ ਜਾਂਦੀ ਹੈ। ਬੋਲੋ 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 ਵੀ ਗੱਲ ਪਤਾ ਕੀ ਹੈਗੀ ਹੈ, ਵੀ ਤੁਸੀਂ ਦੇਖੋ 1971 ਵੀ ਹੁੰਦਾ, ਕਿਸੇ ਨੇ ਨਹੀਂ ਉਹ ਬਣਾਇਆ। ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ, ਬਿਲਕੁਲ ਇਹਨਾਂ ਨੇ ਬਾਲਾਕੋਟ ਵੀ ਬਣਾਇਆ ਔਰ ਉਹਦੇ ਉੱਤੇ ਇਹਨਾਂ ਨੇ ਆਪਣਾ ਪੂਰੀ ਰੱਜ ਕੇ ਰਿਆਸਤ ਕੀਤੀ। ਔਰ ਇਹ ਜਿਹੜੀ ਗੱਲ ਹੈ, ਇਸ ਗੱਲ ਦੇ ਉੱਤੋਂ ਜਿਹੜੀ ਆਪਣੀ BJP ਦੀ ਸਰਕਾਰ ਭੱਜ ਨਹੀਂ ਸਕਦੀ, ਵੀ ਇਹਨਾਂ ਨੇ ਇਸ ਗੱਲ ਨੂੰ ਬਣਾਇਆ ਨਹੀਂ ਜਾਂ ਇਸ ਗੱਲ ਦੇ ਉੱਤੇ ਹੁਣ ਕੀਤਾ ਇਹਨਾਂ ਨੇ ਸਿਆਸਤ ਰੋਪੜ ਸਾਹਿਬ। ਮੈਂ ਸਵਾਲ ਤੁਹਾਨੂੰ ਹੋਰ ਕੀਤਾ ਸੀਗਾ, ਜੇ ਇੱਕ ਸਾਲ ਦੇ ਵਿੱਚ ਅਸੀਂ ਕੁਝ ਸਿੱਖਿਆ ਹੈਗਾ, ਉਹਦਾ ਕ੍ਰੈਡਿਟ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ? ਇੱਕ ਸਵਾਲ ਸੁਣ ਲਓ, ਜਾਂ ਸਾਡੀਆਂ ਸਿਕਿਉਰਿਟੀ ਫੋਰਸਿਸ ਨੂੰ ਦੇਣਾ ਚਾਹੀਦਾ, ਕਿਹਨੂੰ ਦੇਣਾ ਚਾਹੀਦਾ? ਦੇਖੋ, ਕ੍ਰੈਡਿਟ ਦੋਨਾਂ ਨੂੰ ਹੀ ਹੁੰਦਾ ਹੈ। ਦੇਖੋ, ਜਿਹੜੇ ਕੋਈ ਡਿਸੀਜਨ ਲਏ ਜਾਂਦੇ ਹੁੰਦੇ ਨੇ, ਸਰਕਾਰ ਦੇ ਲੈਵਲ ਤੇ ਲਿੱਤੇ ਜਾਂਦੇ ਹੁੰਦੇ ਨੇ, ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ, ਨਾ ਅਸੀਂ ਡਿਨਾਈ ਕਰ ਸਕਦੇ ਹਾਂ, ਸਾਡੇ ਡਿਨਾਈ ਕਰਨ ਨਾਲ ਵੀ ਜਿਹੜੀ ਸੱਚਾਈ ਆ ਉਹ ਛੁਪ ਨਹੀਂ ਜਾਣੀ। ਦੇਖੋ, ਇਸ ਗੱਲ ਦੇ ਉੱਤੇ ਅਸੀਂ ਕੋਈ ਡਿਨਾਈ ਨਹੀਂ ਕਰਦੇ ਵੀ ਜਿਹੜਾ ਹੈਗਾ ਵੀ ਜੇ ਕਿਸੇ ਨੇ ਇਹ ਕੀਤਾ, ਬਾਲਾਕੋਟ ਕੀਤਾ, ਪੋਲੀਟੀਕਲ ਲੈਵਲ ਤੇ ਡਿਸੀਜਨ ਲਿਆ, ਦੈਟ ਇਜ਼ ਅ ਵੈਰੀ ਗੁੱਡ ਡਿਸੀਜਨ, ਕੋਈ ਉਹ ਨਹੀਂ। ਪਰ ਉਸ ਤੋਂ ਬਾਅਦ ਉੱਤੇ ਰਾਜਨੀਤੀ, ਦੈਟ ਇਜ਼ ਬੈਡ। ਦੇਖੋ, ਪਤਾ ਕੀ ਹੈ, ਕਿਸੇ ਦੇ ਉਹ ਕਿਸੇ ਦਾ ਪਰਿਵਾਰ ਸ਼ਹੀਦ ਹੋ ਗਿਆ। ਮੈਂ ਤੁਹਾਨੂੰ ਇੱਕ ਗੱਲ ਮੁਕਾਉਣੀ ਚਾਹੂੰਗਾ, ਮੈਂ ਤੁਹਾਨੂੰ ਰੌਲੀ ਦੀ ਗੱਲ ਸੁਣਾ ਰਿਹਾ ਸੀ ਨਾ, ਉਸ ਪਰਿਵਾਰ ਦੀ ਜਾ ਕੇ ਬੀਤੀ ਦੇਖੋ, ਉਹ TV ਮਾਲਕ ਦੋਨੋਂ ਹੀ ਨੇ, ਉਹਨਾਂ ਦੇ ਪਰਿਵਾਰ 'ਚ ਨਾ ਕੋਈ ਕੁੜੀ ਹੈ ਔਰ ਨਾ ਕੋਈ ਮੁੰਡਾ ਹੈ। ਔਰ ਉੱਥੇ ਉਹ ਸੁਬਾਹ ਉੱਠਦੇ ਨੇ, ਚਾਹ ਦਾ ਕੱਪ ਬਣਾਉਂਦੇ ਨੇ, ਨਹਾਉਂਦੇ ਨੇ, ਧੋਦੇ ਨੇ, ਉਹਨਾਂ ਦੀ ਉਹਦੀ ਫੋਟੋ ਮੂਹਰੇ ਪਹਿਲਾਂ ਚਾਹ ਦਾ ਕੱਪ ਧਰ ਕੇ ਆਉਂਦੇ ਨੇ, ਰੋਟੀ ਖਾਣ ਤੋਂ ਪਹਿਲਾਂ ਉਹ ਰੋਟੀ ਰੱਖ ਕੇ ਆਉਂਦੇ ਨੇ, ਔਰ ਉਹਨਾਂ ਨੇ ਉਹਦੇ ਮੋਟਰਸਾਈਕਲ ਨੂੰ ਵੀ ਉਵੇਂ ਸ਼ਿੰਗਾਰ ਕੇ ਰੱਖਿਆ ਹੋਇਆ। ਉਹ ਤੁਸੀਂ ਉਸ ਪਰਿਵਾਰ ਦਾ ਦੇਖੋ, ਜਿਸ ਪਰਿਵਾਰ ਦਾ ਇੱਕੋ ਇੱਕ ਜੀ ਚਲਾ ਗਿਆ ਔਰ ਦੋਨੋਂ ਜੀ ਘਰ ਬੈਠੇ ਆ। ਠੀਕ ਹੈ, ਵੀ ਅਸੀਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਫਿਰ ਅਸੀਂ ਸਾਲ ਭਰ ਉਹਨਾਂ ਨੂੰ ਪੁੱਛੀਏ ਵੀ ਨਾ, ਉਹਨਾਂ ਦੀ ਸ਼ਹਾਦਤਾਂ ਤੇ ਅਸੀਂ ਬੋਟਾ ਲੈ ਕੇ। ਰੋਪੜ ਸਾਹਿਬ, ਇਉਂ ਲੱਗਦਾ ਕਿ ਸਿਆਸਤ ਨੇ ਉਹਨਾਂ ਸ਼ਹਾਦਤ ਦਾ ਅਪਮਾਨ ਕੀਤਾ? ਬਿਲਕੁਲ,
ਉਹਦੇ ਵਿੱਚ ਸਾਰੀਆਂ ਪਾਰਟੀਆਂ ਸ਼ਾਮਲ। ਮੈਂ ਤਾਂ ਤੁਹਾਨੂੰ ਮੈਂ ਕਿਤੇ ਮੈਂ ਇਸ ਗੱਲ ਤੋਂ ਮੁਨਕਰ ਹੋਇਆ ਵਾਂ, ਮੈਨੂੰ ਅਫਸੋਸ ਹੋਇਆ, ਮੈਂ ਉਹਨਾਂ ਨੂੰ ਪੁੱਛਿਆ ਜਾ ਕੇ, ਮੈਂ ਕਿਹਾ ਵੀ ਤੁਹਾਡੇ ਕੋਈ ਹੋਰ ਆਇਆ? ਕਹਿੰਦੇ ਕੋਈ ਨਹੀਂ ਆਇਆ। ਗਰੇਵਾ ਸਾਹਿਬ ਸਾਨੂੰ ਮੈਨੂੰ ਲੱਗਦਾ ਕਿ ਜੇ ਇਹ ਸਭ ਕੁਛ ਹੋ ਗਿਆ, ਚਲੋ ਜਾਂਚ ਦਾ ਵਿਸ਼ਾ ਹੈਗਾ ਕਿ ਕਿਉਂ ਹੋਇਆ, ਲਾਪਰਵਾਹੀ ਕਿੱਥੇ ਹੋਈ, ਇੰਟੈਲੀਜੈਂਸ ਫੇਲੀਅਰ ਕਿੱਥੇ ਹੋਇਆ, ਸਾਰੇ ਉਹ ਜਾਂਚ ਤੋਂ ਬਾਅਦ ਚਲੋ ਜਦੋਂ ਵੀ ਉਹਨਾਂ ਨੇ ਜਾਂਚ ਪੜਤਾਲ ਦੀ ਰਿਪੋਰਟ ਦੇਣੀ ਹੈਗੀ ਹੈ, ਇਹ ਤਾਂ ਸਿਆਸਤ ਹੀ ਹੋਊਗੀ। ਪਰ ਸਵਾਲ ਇਹ ਹੈਗਾ ਸ਼ਹੀਦਾਂ ਦੇ ਪਰਿਵਾਰ ਹੈਗੇ, ਉਹਨਾਂ ਦੀ ਸਹਾਰਤ ਲੈ ਲਓ ਨਾ ਜਾ ਕੇ ਤੁਸੀਂ ਸਾਰੇ। ਮੈਂ ਫਿਰ ਸਵਾਲ ਉੱਥੇ ਲੈ ਕੇ ਆ ਰਿਹਾ, ਮੈਂ ਡਿਬੇਟ ਦੇ ਐਂਡ ਵਿੱਚ ਆ, ਉਹਨਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ, ਪਰ ਇਹ ਜਿਹੜੀਆਂ ਗੱਲਾਂ ਉੱਠਦੀਆਂ ਨੇ ਇਸ ਕਰਕੇ ਉੱਠਦੀਆਂ ਨੇ ਜਦੋਂ ਅਪੋਜੀਸ਼ਨ ਜਿਹੜੀ ਆ ਆਪਣਾ ਰਿਸਪੋਨਸੀਬਲ ਰੋਲ ਨਹੀਂ ਅਦਾ ਕਰਦੀ ਜੋ ਡੈਮੋਕ੍ਰੇਸੀ 'ਚ ਹੋਣਾ ਚਾਹੀਦਾ, ਉਹ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ ਤਾਂ ਉਹਨੂੰ ਪੋਲੀਟੀਸਾਈਜ਼ ਕਰ ਦਿੰਦੇ ਆ ਮਸਲੇ ਨੂੰ, ਔਰ ਇਸ ਕਰਕੇ ਉਹਦੇ ਜਵਾਬ 'ਚ ਸੱਤਾ ਧਿਰ ਨੂੰ ਵੀ ਬੋਲਣਾ ਪੈਂਦਾ। ਹੋਰ ਕੋਈ ਐਸਾ ਕਾਰਨ ਨਹੀਂ ਹੈ, ਇਹਨਾਂ ਨੂੰ ਰਿਸਪੋਨਸੀਬਲ ਹੋਣਾ ਚਾਹੀਦਾ ਜਿੱਦਾਂ ਦੇ ਸਵਾਲ ਕਰ ਰਹੇ ਆ। ਮੈਂ ਸਮਝਦਾ ਇਸ ਲੈਵਲ ਦੇ ਪੋਲੀਟੀਸ਼ੀਅਨ ਨੂੰ ਇਹ ਨਹੀਂ ਬਣਦੇ। ਮੈਂ ਇੱਕ ਉਹਨਾਂ ਦੇ ਪਰਿਵਾਰਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ। ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਗਰੇਵਾ ਸਾਹਿਬ, ਕੀ ਭਾਰਤ ਦੇ ਵਿੱਚ ਫਿਊਚਰ ਦੇ ਵਿੱਚ ਕਦੇ ਪਾਕਿਸਤਾਨ ਦਾ ਨਾਮ ਲਿੱਤੇ ਬਿਨਾਂ ਇਲੈਕਸ਼ਨ ਹੋ ਸਕਦੀ ਹੈ, ਪੋਸੀਬਲ ਹੈ? ਹੋ ਸਕਦੀ, ਕਿਉਂ ਨਹੀਂ ਹੋ ਸਕਦੀ? ਤੁਸੀਂ ਪਹਿਲ ਕਰੋਗੇ? ਬਈ ਬੀਜੇਪੀ ਇਹ ਚੀਜ਼ ਚਾਹੁੰਦੀ ਨਹੀਂ ਹੈ, ਪਰ ਜਦੋਂ ਬੀਜੇਪੀ ਤੋਂ ਸੈਨਾ ਤੋਂ ਇਹ ਸਵਾਲ ਪੁੱਛਦੇ ਆ ਸਾਡੇ ਪੋਲੀਟੀਸ਼ੀਅਨ ਕਿ ਸਬੂਤ ਦਿਓ ਤੁਸੀਂ, ਬਈ ਸਬੂਤ ਕਿਸ ਗੱਲ ਦੇ ਦੇਣੇ? ਇਹਨਾਂ ਨੂੰ ਵੀ ਸਬੂਤ ਚਾਹੀਦੇ ਨੇ, ਆਪਣੀ ਦੇਸ਼ ਦੀ ਬਹਾਦਰੀ ਤੇ ਗੌਰਵ ਕਰਨਾ ਚਾਹੀਦਾ ਸੈਨਾ ਤੇ, ਤੇ ਅਸੀਂ ਉਹਦੇ ਸਬੂਤ ਮੰਗਣ ਲੱਗ ਜਾਂਦੇ। ਪਰ ਸਮਨਜੀਤ ਸਿੰਘ, ਇੱਕ ਸਵਾਲ ਜਿਹੜਾ ਇਹਨੂੰ ਜ਼ਰੂਰ ਐਡਰੈਸ ਕਰਨਾ ਪੈਣਾ, ਸਾਡੀ ਸਿਆਸਤ ਦੇ ਵਿੱਚ ਪਾਕਿਸਤਾਨ ਦਾ ਨਾਮ ਲਿੱਤੇ ਬਿਨਾਂ ਨਾ ਪ੍ਰਚਾਰ ਹੁੰਦਾ ਤੇ ਨਾ ਵੋਟਾਂ ਲਈ ਅੱਗੇ ਵਧਿਆ ਜਾਂਦਾ। ਗਰੇਵਾਲ ਸਾਹਿਬ ਕਹਿੰਦੇ ਬੀਜੇਪੀ ਨਹੀਂ ਚਾਹੁੰਦੀ, ਪਰ ਜੋ ਸਵਾਲ ਕੀਤੇ ਜਾਂਦੇ ਅਸੀਂ ਕੀ ਕਰੀਏ? ਇਹਨਾਂ ਦੋਨਾਂ ਦੀ ਮਜਬੂਰੀ ਹੈ ਜਾਂ ਇਕੱਲੇ ਇਕੱਲੇ ਦੀ ਮਜਬੂਰੀ ਹੈ? ਉਸ ਤੋਂ ਬਾਅਦ ਦੋਨੋਂ ਮਜਬੂਰ ਹੋ ਜਾਂਦੇ ਨੇ ਮੇਰਾ ਖਿਆਲ, ਹਟ ਜਾਣਗੇ। ਹੁਣ ਜਿਹੜਾ ਦਿੱਲੀ ਦੇ ਰਿਜ਼ਲਟ ਆ ਗਿਆ ਨਾ, ਉਹ ਪਾਕਿਸਤਾਨ ਵਾਲੀ ਜਿਹੜੀ ਫਾਰਮੂਲਾ ਉਹਨੇ ਬਹੁਤਾ ਕਾਟ ਨਹੀਂ ਕੀਤਾ, ਕਿਹਾ ਹੀ ਸੀਗਾ ਸ਼ੀਨ ਬਾਗ ਦੇ ਵਿੱਚ ਪਾਕਿਸਤਾਨ ਇਹ ਬੈਠੇ ਆ, ਉਹ ਖਤਮ ਹੋ ਜਾਊਗਾ, ਕਿਉਂਕਿ ਹਰ ਇੱਕ ਚੀਜ਼ ਦਾ ਕ੍ਰਿਸ਼ਮਾ ਜਾਂ ਉਹਦਾ ਅਸਰ ਜਿਹੜਾ ਰਾਜਨੀਤਿਕ ਲਾਹਾ ਥੋੜ੍ਹੀ ਦੇਰ ਹੁੰਦਾ। ਦੂਜੀ ਗੱਲ ਜਿਹੜੀ ਵਿਕਰਮ ਜੀ ਨੇ ਸਵਾਲ ਉਠਾਇਆ, ਮੈਂ ਤਾਂ ਬੜੇ ਸੀਰੀਅਸ ਸਵਾਲ ਹੈ ਕਿ ਜੈਸ਼ੇ ਮੁਹੰਮਦ ਨੇ ਕਲੇਮ ਕੀਤਾ, ਬਾਅਦ ਵਿੱਚ ਉਹਨਾਂ ਨੇ ਡਿਸਓਨ ਨਹੀਂ ਕੀਤਾ, ਇਸ ਕਰਕੇ ਜੈਸ਼ੇ ਮੁਹੰਮਦ ਨੇ ਹੀ ਕੀਤਾ। ਮੇਰਾ ਖਿਆਲ ਇਹ ਲਿੰਕ ਇਨਵੈਸਟੀਗੇਸ਼ਨ ਨੂੰ ਅਸਟੈਬਲਿਸ਼ ਕਰਨੇ ਚਾਹੀਦੇ ਆ, ਕਿੰਨੀਆਂ ਟੈਰਰਿਸਟ ਆਰਗੇਨਾਈਜੇਸ਼ਨ ਹੈ ਐਡੇ ਵੱਡੇ ਅਟੈਕ ਨੂੰ ਕਿਉਂ ਨਹੀਂ ਆਪਣੇ ਨਾਲ ਲੈ ਕੇ ਆਪਣਾ ਬਾਇਓਡਾਟਾ ਜਿਹੜਾ ਉਹ ਜ਼ਿਆਦਾ ਇੰਪਰੂਵ ਕਰਨਗੀਆਂ। ਇਸ ਕਰਕੇ ਇਹ ਅਸਟੈਬਲਿਸ਼ ਕਰਨਾ ਔਰ ਕਿਸੇ ਦਾ ਕਲੇਮ ਕਰ ਲੈਣਾ ਦੋ ਅਲੱਗ ਅਲੱਗ ਗੱਲਾਂ ਹੈਗੀਆਂ। ਹੁਣ 45% ਰਿਕਰੂਟਮੈਂਟ ਜਿਹੜੀ ਆ ਟੈਰਰਿਸਟਾਂ ਦੀ ਘੱਟ ਆ ਗਈ ਆ, ਕਿਉਂਕਿ ਇੰਡੀਅਨ ਆਰਮੀ ਨੇ ਬਹੁਤ ਤਕੜਾ ਉੱਥੇ ਉਹਨਾਂ ਨੂੰ ਚਿੱਤ ਕਰ ਦਿੱਤਾ। ਇਹ ਵੀ ਸਾਡੀਆਂ ਅਫੀਸ਼ੀਅਲ ਰਿਪੋਰਟਾਂ ਹੈਗੀਆਂ, ਕੀ ਕੋਈ ਸਾਡੇ ਕੋਲ ਅਲਟਰਨੇਟਿਵ ਕਨਫਰਮੇਸ਼ਨ ਇਹਨਾਂ ਗੱਲਾਂ ਦੀ ਹੈ ਕਿ ਗਰਾਊਂਡ ਲੈਵਲ 'ਤੇ ਥੱਲੇ ਕੀ ਹੋ ਰਿਹਾ? ਜੇ ਇੰਨੇ ਹੀ ਆਪਣੇ ਬੰਦੇ ਇੰਟੈਲੀਜੈਂਟ ਸੀ ਤਾਂ ਉਸ ਕਾਰ ਦਾ ਵੀ ਪਤਾ ਲੱਗਣਾ ਚਾਹੀਦਾ ਸੀਗਾ ਜਿਹੜੀ ਉੱਥੇ ਜਿਹਨੇ ਅਟੈਕ ਆ ਕੇ ਕੀਤਾ। ਇਸ ਕਰਕੇ ਕਿਤੇ ਨਾ ਕਿਤੇ ਗੈਪ ਹੈਗੇ ਆ ਜੋ ਕਲੇਮ ਹੁੰਦੇ ਅਫੀਸ਼ੀਅਲ। ਮੈਂ ਤਾਂ ਉੱਥੇ ਰਹਿ ਕੇ ਦੇਖ ਲਿਆ ਕਿ ਕਿਸ ਤਰ੍ਹਾਂ ਸਾਰੀ ਚੀਜ਼ਾਂ ਆਪਰੇਟ ਹੁੰਦੀਆਂ, ਔਰ ਜੋ ਥੱਲੇ ਧਰਾਤਲ 'ਤੇ ਹੋ ਰਿਹਾ ਉਸ ਦੋਵਾਂ ਦੇ ਗੈਪ ਨੂੰ ਪੂਰਾ ਕਰਕੇ ਫਿਰ ਇੱਕ ਪਿਕਚਰ ਜਿਹੜੀ ਸਾਹਮਣੇ ਆਊਗੀ ਉਹ ਜ਼ਿਆਦਾ। ਰਹੀ ਗੱਲ ਕਿ ਜਿਹੜੇ ਬੰਦੇ ਸ਼ਹੀਦ ਹੋਏ ਜਿਹੜੇ ਪੰਜਾਬ ਦੇ ਵਿੱਚ, ਅਤੇ ਆਪੋਜੀਸ਼ਨ ਨੂੰ ਆਪਣਾ ਰੋਲ ਕਰਨਾ ਚਾਹੀਦਾ ਜਿਹੜੇ ਮੇਰੇ ਵੀਰ ਗਰੇਵਾਲ ਜੀ ਕਹਿ ਰਹੇ ਆ, ਅਤੇ ਪੰਜਾਬ ਦੇ ਵਿੱਚ ਆਪੋਜੀਸ਼ਨ ਨੇ ਰੋਲ ਕਿਉਂ ਨਹੀਂ ਕੀਤਾ? ਇਹਨਾਂ ਦੇ MLA ਤਾਂ ਆਪੋਜੀਸ਼ਨ 'ਚ ਹੀ ਆ ਨਾ, ਆਮ ਆਦਮੀ ਪਾਰਟੀ ਦੇ ਵੀ ਆਪੋਜੀਸ਼ਨ 'ਚ ਆ, ਕਿਉਂ ਨਹੀਂ ਉਹਨਾਂ ਨੂੰ ਵੇਲੇ ਸਿਰ ਸਾਰੀਆਂ ਸਹੂਲਤਾਂ ਦਿੱਤੀਆਂ, ਕਿਉਂ ਨਹੀਂ ਵਿਜ਼ਿਟ ਕੀਤਾ? ਕਰਨਾ ਚਾਹੀਦਾ ਆਪੋਜੀਸ਼ਨ ਨੂੰ ਰੋਲ। ਵਿਕਰਮ ਜੀ, ਮੈਂ ਲਾਸਟ ਕੰਕਲੂਡ ਕਮੈਂਟ ਤੌਰ 'ਤੇ ਲੈਣੇ ਆ, ਇਸ ਡਿਬੇਟ ਨੂੰ ਕਿੱਥੇ ਖਤਮ ਕੀਤਾ ਜਾਵੇ ਤਾਂ ਜੋ ਅਗਲਾ ਵਰ੍ਹਾ ਆਊਗਾ, ਜੋ ਅਗਲੀ ਬਰਸੀ ਆਊਗੀ, ਸਾਨੂੰ ਇਹੋ ਜਿਹੀ ਡਿਬੇਟ ਲੈ ਕੇ ਨਾ ਬਹਿਣਾ ਪਵੇ? ਆਈ ਥਿੰਕ ਦੀ ਮੋਸਟ ਇੰਪੋਰਟੈਂਟ ਪੁਆਇੰਟ ਇਜ਼ ਕਿ ਅੱਗ ਇਨ ਫਿਊਚਰ ਅਗਰ ਕੋਈ ਵੱਡਾ ਟੈਰਰਿਸਟ ਹਮਲਾ ਪਾਕਿਸਤਾਨ ਜਾਂ ਉਹਨਾਂ ਦੇ ਜਿਹਾਦੀ ਕਰਦੇ ਨੇ ਤਾਂ ਇੰਡੀਆ ਦਾ ਰਿਸਪੋਂਸ ਮਿਲੀਟੈਰਲੀ ਕੀ ਹੋਏਗਾ? ਕਿਉਂਕਿ ਹੁਣ ਅਸੀਂ ਐਸਕਰੇਟ ਕਰਕੇ ਬਾਲਾਕੋਟ ਤੱਕ ਲੈ ਗਏ, ਹੁਣ ਉਹਦੇ ਬਾਅਦ ਸਾਡਾ ਰਿਸਪੋਂਸ ਕੀ ਹੋਏਗਾ? ਬਹੁਤ ਪੋਲੀਟੀਕਲ ਪ੍ਰੈਸ਼ਰ ਆਏਗਾ ਔਨ ਐਨੀ ਗਵਰਨਮੈਂਟ, ਸੋ ਦੈਟ ਇਜ਼ ਪੁਆਇੰਟ 1। ਸੈਕੰਡਲੀ, ਦ ਮੋਰ ਡੇਂਜਰਸ ਥਿੰਗ ਵਿਚ ਇਜ਼ ਅਮਰਜਿੰਗ ਇਜ਼ ਦੀ ਐਮਰਜੈਂਸ ਆਫ ਅਲ ਕਾਇਦਾ ਐਂਡ ISIS ਇਨ ਅਫਗਾਨਿਸਤਾਨ, ਔਰ ਪਾਕਿਸਤਾਨ ਵਿੱਚ ਐਸੇ ਜਿਹਾਦੀ ਨੇ ਜੋ ਪੂਰੇ ਅੰਡਰ ਕੰਟਰੋਲ ਕਿਸੇ ਦੇ ਨਹੀਂ ਹੈ। ਸੋ ਅਗਰ ਉਹ ਵੱਡਾ ਹਮਲਾ ਕਰਦੇ ਨੇ ਤਾਂ ਉਹਦੇ ਨਾਲ ਇੰਡੋ ਪਾਕ ਟੈਨਸ਼ਨਸ ਬਹੁਤ ਐਸਕਰੇਟ ਹੋ ਸਕਦੀਆਂ ਨੇ, ਕਿਉਂਕਿ ਦੇ ਆਰ ਕੰਪਲੀਟਲੀ, ਉਹ ਕਹਿੰਦੇ ਨਾ ਇਹਨਾਂ ਦਿਮਾਗ ਬਿਲਕੁਲ ਫਿਰਿਆ ਹੋਇਆ। ਇਹ ਤਾਂ ਚਾਹੁੰਦੇ ਨੇ ਕਿ ਪੂਰਾ ਕੰਟੀਨੈਂਟ ਵਿੱਚ ਅੱਗ ਲੱਗ ਜਾਏ, ਇੰਨੀ ਜੰਗ ਹੋਣ, ਇਹ ਜਿਹਾਦੀ ਪਾਗਲ ਨੇ ਬਿਲਕੁਲ, ਯੂ ਨੋ, ਜਿਹਨੂੰ ਕਹਿੰਦੇ ਨੇ। ਸੋ ਅਗਰ ਉਹ ਅਟੈਕ ਕਰਦੇ ਨੇ ਵਿਦਾਊਟ ਐਨੀਬਡੀ ਸੈਂਕਸ਼ਨ, ਲਾਈਕ ਅਲ ਕਾਇਦਾ ਔਰ ISIS ਔਰ ਈਵਨ ਜੈਸ਼ੇ ਮੁਹੰਮਦ ਔਰ ਲਸ਼ਕਰ ਦੇ ਆਪਣੇ ਜਿਹੜੇ ਰੋਗ ਐਲੀਮੈਂਟਸ ਨੇ, ਇੱਕ ਬਹੁਤ ਸੀਰੀਅਸ ਪ੍ਰੋਬਲਮ ਪੈ ਸਕਦੀ ਹੈ ਇੰਡੋ ਪਾਕ ਰਿਲੇਸ਼ਨ ਵਿੱਚ। ਔਰ ਤੀਸਰੀ ਗੱਲ, ਮੈਂ ਆਈ ਵਿਲ ਕੰਕਲੂਡ ਬਾਏ ਸੇਇੰਗ ਕਿ ਇਹ ਦੇਸ਼ ਦੀ ਬੜੀ ਦੁਰਭਾਗਿਆ ਹੈਗਾ ਔਰ ਬੜੀ ਬਦਕਿਸਮਤੀ ਹੈ ਕਿ ਜਦ ਇੰਨਾ ਵੱਡੇ ਸਾਡੇ 'ਤੇ ਹਮਲੇ ਹੁੰਦੇ ਨੇ, ਵੀ ਆਰ ਨੋਟ ਯੂਨਾਈਟਿਡ ਪੋਲੀਟੀਕਲੀ। ਦੇਖੋ, ਬੰਬੇ ਅਟੈਕ ਹੋਇਆ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਡਵਾਨੀ ਜੀ ਨੂੰ ਰਿਕੁਐਸਟ ਕੀਤਾ ਕਿ ਲੈਟ ਅਸ ਗੋ ਐਂਡ ਗਿਵ ਅ ਜੁਆਇੰਟ ਸਟੇਟਮੈਂਟ ਇਨ ਬੰਬੇ ਟੂ ਸ਼ੋ ਯੂਨਿਟੀ। ਅਡਵਾਨੀ ਜੀ ਉਹਨਾਂ ਨਾਲ ਨਹੀਂ ਗਏ, ਇਹ ਆਈ ਥਿੰਕ ਇਹ ਬੀਜੇਪੀ ਨੇ
और अज असी ये है जो उल्ट सवाल उठा रहे हैं इन अ वेरी इनसेंसिटिव मैनर। मैं नहीं कह रहा कि द क्वेश्चन शुड नॉट बी रेज्ड बट दे शुड बी रेज्ड इन अ मोर डिग्निफाइड एंड एट अ डिफरेंट टाइम। देखो शहीद वो बेचारे बच्चे छोटे छोटे बच्चे ने, उन्होंने कभी अपना प्यो नहीं देखा, अज वो टीवी पर की देख रहे हैं, वो कहे जी बेनीफिट किन्ने किया। You know, this is something which we should avoid and show a united solidarity, क्योंकि पाकिस्तान की करता है और चाइना की करता है और जिहादी की करते हैं, वो देखते हैं कि इंडिया में डिविजन्स कितने ने और वो डिविजन्स नू वाइडन करने लिए हमले प्लान उसके मुताबिक करते हैं। बहुत बहुत इंपॉर्टेंट पॉइंट है तुहाडा विक्रम जी, तुहाडा बहुत धन्यवाद। गरेवाल साहब तुहाडा बहुत धन्यवाद, रोपड़ साहब तुहाडा बहुत धन्यवाद, प्रसाद मनजीत सिंह तुहाडा बहुत धन्यवाद। यूनाइट होना पवेगा जदों इहो जिहे अटैक देश ते होणगे। इह राष्ट्रवादी होण दा सवाल नहीं हैगा, इह देश दी सुरक्षा का सवाल नहीं है, देश के एके का सवाल है। जो एके का सवाल खड़ा हों, जो एक हो जाएगा तो फिर सुरक्षा अपने आप मजबूत होंगी है। मैं CRPF के उस लाइना के नाल डिबेट का अंत करना चाहूँगा। उन्होंने कहा कि तुम्हारे शौर्य के गीत कर्कश शोर में खोए नहीं, गर्वित ना था कि हम देर तक रोए नहीं। बहुत धन्यवाद।